ਤੇਗ ਬਹਾਦਰ ਸਿਮਰੈ ਹਰ ਨਉ ਨਿਧ ਆਵੈ ਧਾਏ ਸਬ ਥਾਈ ਹੋਏ ਸਹਾਏ ਅੱਜ ਦੀ ਕਥਾ ਦੀ ਸੇਵਾ માં ਮੇਰੇ ਅਜੀਜ਼ ਭਾਈ ਹਰਪ੍ਰੀਤ ਸਿੰਘ ਜੀ ਜੰਡੇਆਲਾ ਨਿਭਾ ਰਹੇ ਹਨ ਸੁੰਦਰ ਕਥਾ ਕਰਦੇ ਹਨ ਟਿੱਕ ਕੇ ਕਥਾ ਦਾ ਆਨੰਦ ਮਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सतना धन गुरु साहेब ओ गुरु ਰੀਬ ਨਿਵਾਜ ਵਾਰੂ ਵਾਰੂ ਜਾਈ ਗੁਰੂ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਿਆ ਦਿਵਾਨ ਹਰ ਤੋ ਦਰਸ਼ਨ ਕੈ ਤਾਈ ਕਿਰਪਾ ਕਰੋ ਦੀਨ ਕੇ ਦਾਤੇ मेरा गुण अवगुण ना कोई माटी का क्या तो पै स्वामी मानस की गत एही ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਪਰਮ ਸਤਕਾਰ ਯੋਗ ਜੁਗੋ ਜੁਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ਪਤਿਤ ਪਾਵਨ ਕਿਰਪਾ ਨਿਧਾਨ ਵਾਲੀਏ ਕੁਲ ਆਲਮ ਗਿਆਨ ਦੇ ਸਾਗਰ ਗੁਰਬਾਣੀ ਦੇ ਮੂਜਸਮੇ ਸਰਵਰੇ ਕਾਇਨਾਤ ਦੀਨ ਦੁਨੀਆ ਦੇ ਪਤਸ਼ਾਹ ਦੀਨ ਦੁਨੀਆ ਦੇ ਰਹਿਬਰ ਸਮੁੱਚੀ ਹੀ ਮਾਨਵਤਾ ਦੀ ਇਕਲੌਤੀ ਆਸ਼ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਸੰਤਾਂ ਦੇ ਸੰਤ ਰਹਿਬਰਾਂ ਦੇ ਰਹਿਬਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਸ਼ਿਸ਼ੋਭਤ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਦਾ ਖਾਸ ਰੂਪ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੇ ਹਾਂ ਵੱਡੇ ਭਾਗ ਨੇ ਸਾਡੇ ਸਾਰਿਆਂ ਦੇ ਜੋਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਅਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਸਹਬਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਜੀਵਨ ਦੀਆਂ ਇਹ ਅਮੁੱਲਕ ਕੜੀਆਂ ਸਫਲੀਆਂ ਕਰਨ ਦਾ ਸੁਭਾਗ ਸਮਾਂ ਸੁਭਾਗ ਅਫਸਰ ਪ੍ਰਾਪਤ ਹੋਇਆ ਹੈ। ਸਦ ਸੰਗਤ ਭਾਈ ਸਾਹਿਬ ਭਾਈ ਆਨੰਦ ਲਾਲ ਸਿੰਘ ਜੀ ਕਿਰਪਾ ਕਰਦੇ ਨੇ ਭਾਈ ਸਭ ਕਹਿੰਦੇ ਨੇ ਖੁਸ਼ ਬਬਦ ਉਮਰ ਕੇ ਦਰਿਆਦ ਬੇਗੁਜ਼ਰਦ ਵਰਨੇ ਚ ਹਾਸਲ ਅਸਤ ਅਜੀ ਗੁੰਬ ਦੇ ਕਬੂਦ ਮਰਾ ਭਾਵ ਜ਼ਿੰਦਗੀ ਦਾ ਉਹ ਸਮਾਂ ਸਭ ਤੋਂ ਵਧੀਆ ਹੈ ਉਹ ਸਮਾਂ ਸਭ ਤੋਂ ਚੰਗਾ ਹੈ ਸਭ ਤੋਂ ਭਾਗਾ ਵਾਲਾ ਹੈ ਜਿਹੜਾ ਸਮਾਂ ਉਸ ਪਰਮਾਤਮਾ ਉਸ ਵਾਹਿਗੁਰੂ ਉਸ ਰੱਬ ਜੀ ਦੀ ਸਿਫਤ ਸਲਾਹ ਦੇ ਵਿੱਚ ਗੁਜ਼ਾਰਿਆ ਜਾਵੇ ਸੁਸਾਦ ਸੰਗਤ ਆਪਾਂ ਜਿਤਨੇ ਵੀ ਮਾਈ ਭਾਈ ਧੰਗ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਸਾਡੇ ਸਭ ਦੇ ਹੀ ਬੜੇ ਵੱਡੇ ਭਾਗ ਨੇ ਜੋ ਸਾਨੂੰ ਉਸ ਪਰਮਾਤਮਾ ਉਸ ਵਾਹਿਗੁਰੂ ਉਸ ਰੱਬ ਜੀ ਦੀ ਸਿਫਤ ਸਲਾਹ ਕਰਨ ਦਾ ਇਹ ਸੁਭਾਗ ਸਮਾਂ ਇਹ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ। ਸਦ ਸੰਗਤ ਚੱਲ ਰਹੀ ਲੜੀਵਾਰ ਕਥਾ ਦੇ ਵਿੱਚੋਂ ਸਤਕਾਰ ਯੋਗ ਹੈਡ ਗ੍ਰੰਥੀ ਗਿਆਨੀ ਹਰਨਾਮ ਸਿੰਘ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤਿੰਨਾਂ ਦੀ ਮੁਬਾਰਕ ਰਸਨਾ ਪਾਸੋਂ ਜਿਸ ਪਾਵਨ ਪਵਿੱਤਰ ਸ਼ਬਦ ਦਾ ਪਾਠ ਆਪਾਂ ਸਰਵਣ ਕੀਤਾ ਹੈ ਇਹ ਪਾਵਨ ਪਵਿੱਤਰ ਸ਼ਬਦ ਗੌੜੀ ਰਾਗ ਦੇ ਅੰਦਰ ਸ਼ਹੀਦਾ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ अर्जुन देव सच्चे पाशा महाराज जी दा उच्चारण ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 205 ਤੇ ਸੁਭਾਏ ਮਾਨ ਹੈ ਆਓ ਪਿਆਰ ਦੇ ਨਾਲ ਪਾਵਨ ਸ਼ਬਦ ਦੀ ਵਿਚਾਰ ਕਰੀਏ ਭਾਵਨਾ ਦੇ ਨਾਲ ਪਾਵਨ ਸ਼ਬਦ ਦੀ ਵਿਚਾਰ ਕਰੀਏ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਰਬੰਸਦਾਨੀ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ ਇੱਕੋ ਵਾਰੀ ਕਹਿਣ ਤੇ ਗੱਜ ਕੇ ਬੁਲਾਓ ਜੀ ਫਤਿਹ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਦ ਸੰਗਤ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਗੌੜੀ ਮਹੱਲਾ ਪੰਜਵਾਂ ਸਤ ਸੰਗਤ ਗੌੜੀ ਰਾਗ ਹੈ ਤੇ ਮਹੱਲਾ ਪੰਜਵਾਂ ਭਾਵ ਇਹ ਜੋ ਪਾਵਨ ਸ਼ਬਦ ਹੈ ਇਹ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੀਆਂ ਜੋ ਅਰੰਭ ਲੀਆਂ ਤੁਕਾਂ ਨੇ ਉਹ ਰਹਾਉ ਵਾਲੀਆਂ ਨੇ ਸ਼ਬਦ ਦਾ ਜੋ ਅਰੰਭਲਾ ਬੰਧ ਹੈ ਉਹ ਰਹਾਉ ਵਾਲਾ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਨੇ ਮਹਾਰਾਜ ਕਹਿੰਦੇ ਨੇ ਐਸੋ ਪਰਚੋ ਪਾਇਓ ਸਦ ਸੰਗਤ ਇੱਥੇ ਜਿਹੜਾ ਪਰਚੋ ਸ਼ਬਦ ਆਇਆ ਇਹਨਾਂ ਪਰਚੋ ਇੱਥੇ ਪਰਚੋ ਦਾ ਅਰਥ ਹੈ ਗੂੜੀ ਸਾਂਝ ਇੱਥੇ ਪਰਚੋ ਦਾ ਅਰਥ ਹੈ ਮਿੱਤਰਤਾ ਐਸੋ ਪਰਚੋ ਪਾਇਓ ਕਹਿੰਦੇ ਮੇਰੀ ਰੱਬ ਦੇ ਨਾਲ ਗੂੜੀ ਸਾਂਝ ਬਣ ਗਈ ਮੇਰਾ ਰੱਬ ਦੇ ਨਾਲ ਪਿਆਰ ਪੈ ਗਿਆ ਮੇਰੀ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿੱਤਰਤਾ ਬਣ ਗਈ ਸਾਧ ਸੰਗਤ ਧਿਆਨ ਦੇਣਾ ਇਹ ਜਿਹੜਾ ਮਨੁੱਖਾ ਜਨਮ ਹੈ ਨਾ ਮਨੁੱਖਾ ਜਨਮ ਇਹ ਮਨੁੱਖਾ ਜਨਮ ਸਾਨੂੰ ਕਾਦੇ ਵਾਸਤੇ ਪ੍ਰਾਪਤ ਹੋਇਆ ਹੈ ਇਹ ਮਨੁੱਖਾ ਜਨਮ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ ਇਹ ਮਨੁੱਖਾ ਜਨਮ ਰੱਬ ਨੂੰ ਪਾਉਣ ਵਾਸਤੇ ਮਿਲਿਆ ਹੈ ਆਪਾ ਪਾਵਨ ਬਾਣੀ ਪੜਦੇ ਆ ਮਹਾਰਾਜ ਦੀ ਬਾਣੀ ਚ ਬਚਨ ਆਉਂਦੇ ਨੇ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਾਂ ਭਗਤ ਕਬੀਰ ਸਾਹਿਬ ਕਹਿੰਦੇ ਨੇ ਇਹੀ ਤੇਰਾ ਔਸਰ ਇਹੀ ਤੇਰੀ 바ਰ ਘਟ ਭੀਤਰ ਉਹ ਦੇਖ ਵਿਚਾਰ ਬਾਬਾ ਕਬੀਰ ਸਾਹਿਬ ਕਹਿੰਦੇ ਇਹ ਔਸਰ ਹੈ ਇਹ ਸਮਾਂ ਹੈ ਇਹ ਵਾਰੀ ਹੈ ਉਸ ਰੱਬ ਨੂੰ ਮਿਲਣ ਦੀ ਉਸ ਪਰਮਾਤਮਾ ਨੂੰ ਮਿਲਣ ਦੀ ਹੁਣ ਸਾਧ ਸੰਗਤ ਧਿਆਨ ਦੇਣਾ ਇਹ ਮਨੁੱਖਾ ਜਨਮ ਰੱਬ ਨੂੰ ਮਿਲਣ ਵਾਸਤੇ ਮਿਲਿਆ ਹੈ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਹੈ ਅਸੀਂ ਸਾਰੇ ਨਾ ਅਸੀਂ ਸਾਰੇ ਆਪਣੇ ਕਰਮਾ ਕਰਕੇ ਉਸ ਰੱਬ ਤੋਂ ਵਿਛੜੇ ਆ ਉਸ ਪਰਮਾਤਮਾ ਤੋਂ ਵਿਛੜੇ ਆ ਵੇਖੋ ਜੀ ਜੇਕਰ ਕੋਈ ਬੰਦਾ ਕਵੇ ਨਾ ਕਿ ਮੈਂ ੱੱਕੇ ਨਾਲ ਰੱਬ ਨੂੰ ਮਿਲ ਲਵਾਂ ਜਾਂ ਮੈਂ ਆਪਣੇ ਯੋਰ ਨਾਲ ਰੱਬ ਨੂੰ ਮਿਲ ਲਵਾਂ ਤੇ ਮਾਫ਼ ਕਰਨਾ ਦੁਨੀਆ ਦਾ ਕੋਈ ਵੀ ਮਨੁੱਖ ੱੱਕੇ ਨਾਲ ਰੱਬ ਨੂੰ ਨਹੀਂ ਮਿਲ ਸਕਦਾ ਦੁਨੀਆ ਦਾ ਕੋਈ ਵੀ ਮਨੁੱਖ ਆਪਣੇ ਯੋਰ ਨਾਲ ਉਸ ਰੱਬ ਨੂੰ ਉਸ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਅਸੀਂ ਰੱਬ ਨੂੰ ਕਿੱਦਾਂ ਮਿਲਣਾ ਹੈ ਅਸੀਂ ਪਰਮਾਤਮਾ ਨੂੰ ਕਿੱਦਾਂ ਮਿਲਣਾ ਹੈ ਕਿੱਦਾਂ ਰੱਬ ਦੀ ਸਾਡੇ ਤੇ ਕਿਰਪਾ ਹੋ ਸਕਦੀ ਹੈ ਕਿੱਦਾਂ ਪਰਮਾਤਮਾ ਦੀ ਸਾਡੇ ਤੇ ਕਿਰਪਾ ਹੋ ਸਕਦੀ ਆ ਇਹ ਜਿਹੜੀ ਗੱਲ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਨਾ ਐਸੋ ਪਰਚੋ ਪਾਇਓ ਮੇਰੀ ਰੱਬ ਨਾਲ ਗੂੜੀ ਸਾਂਝ ਬਣ ਗਈ ਮੇਰੀ ਰੱਬ ਦੇ ਨਾਲ ਮਿੱਤਰਤਾ ਬਣ ਗਈ ਮੇਰਾ ਰੱਬ ਦੇ ਨਾਲ ਪਿਆਰ ਪੈ ਗਿਆ ਹੁਣ ਇਹ ਗੂੜੀ ਸਾਂਝ ਕਿੱਦਾਂ ਬਣੀ ਇਹ ਮਿੱਤਰਤਾ ਕਿੱਦਾਂ ਬਣੀ ਇਹ ਪਿਆਰ ਕਿਦਾਂ ਪਿਆ ਧਿਆਨ ਦੇਣਾ ਸਾਧ ਸੰਗਤ ਵੇਖੋ ਜੇ ਅਸੀਂ ਰੱਬ ਅੱਗੇ ਅਰਦਾਸ ਕਰਾਂਗੇ ਰੱਬ ਅੱਗੇ ਤਰਲਾ ਮਾਰਾਂਗੇ ਪਰਮਾਤਮਾ ਅੱਗੇ ਤਰਲਾ ਮਾਰਾਂਗੇ ਤੇ ਸਾਨੂੰ ਉਸ ਰੱਬ ਦੀ ਪ੍ਰਾਪਤੀ ਜ਼ਰੂਰ ਹੋਵੇਗੀ ਸਾਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਜ਼ਰੂਰ ਹੋਵੇਗੀ ਵੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਏ ਕੋਈ ਮਨੁੱਖ ਧੱਕੇ ਨਾਲ ਰੱਬ ਨੂੰ ਨਹੀਂ ਮਿਲ ਸਕਦਾ ਕੋਈ ਮਨੁੱਖ ਆਪਣੇ ਯੋਰ ਦੇ ਨਾਲ ਰੱਬ ਨੂੰ ਨਹੀਂ ਮਿਲ ਸਕਦਾ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹਦੇ ਆਂ ਤੇ ਮਹਾਰਾਜ ਦੀ ਬਾਣੀ ਦੇ ਵਿੱਚੋਂ ਦੋ ਬਚਨ ਮੈਂ ਆਪ ਜੀ ਦੇ ਨਾਲ ਸਾਂਝੇ ਕਰਨ ਲੱਗਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਪਣ ਲੀਆ ਜੇ ਮਿਲੈ ਤਾਂ ਸਭ ਕੋ ਭਾਗਟ ਹੋਏ ਜੇ ਬੰਦਾ ਟੱਕੇ ਨਾਲ ਰੱਬ ਨੂੰ ਮਿਲ ਪਵੇ ਟੱਕੇ ਨਾਲ ਪਰਮਾਤਮਾ ਨੂੰ ਮਿਲ ਪਵੇ ਜੇ ਬੰਦਾ ਆਪਣੇ ਯੋਰ ਨਾਲ ਰੱਬ ਨੂੰ ਮਿਲ ਪਵੇ ਪਰਮਾਤਮਾ ਨੂੰ ਮਿਲ ਪਵੇ ਮਹਾਰਾਜ ਕਹਿੰਦੇ ਫਿਰ ਤੇ ਸਾਰਾ ਸੰਸਾਰ ਹੀ ਰੱਬ ਦੀ ਪ੍ਰਾਪਤੀ ਕਰ ਲਵੇਗਾ ਫਿਰ ਤੇ ਸਾਰਾ ਸੰਸਾਰ ਹੀ ਪਰਮਾਤਮਾ ਦੀ ਪ੍ਰਾਪਤੀ ਕਰ ਲਵੇਗਾ ਆਪਨ ਲੀਆ ਜੇ ਮਿਲੈ ਤਾਂ ਸਭ ਕੋ ਭਾਗਟ ਹੋਏ ਜੇ ਆਪਣੇ ਯੋਰ ਨਾਲ ਰੱਬ ਮਿਲਦਾ ਹੋਵੇ ਜੇ ਟੱਕੇ ਨਾਲ ਰੱਬ ਮਿਲਦਾ ਹੋਵੇ ਤੇ ਮਹਾਰਾਜ ਕਹਿੰਦੇ ਫਿਰ ਤੇ ਸਾਰੇ ਸੰਸਾਰ ਨੂੰ ਰੱਬ ਮਿਲ ਜਾਣਾ ਇਰਦੇ ਸਾਰੇ ਸੰਸਾਰ ਨੂੰ ਵੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਸੀ। ਜਾਂ ਪਾਵਨ ਬਾਣੀ ਚ ਬਚਨ ਆਉਂਦੇ ਨੇ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਨ 12 ਮਾਹ ਦੇ ਬਚਨ ਨੇ। ਵੀ ਜੇ ਜੋਰ ਨਾਲ ਰੱਬ ਮਿਲਦਾ ਹੋਵੇ, ਠਕੇ ਨਾਲ ਰੱਬ ਮਿਲਦਾ ਹੋਵੇ ਤੇ ਫਿਰ ਉਸ ਪ੍ਰਮਾਤਮਾ ਨਾਲੋਂ ਵਿਛੜ ਕੇ ਜੀਵ ਦੁਖੀ ਕਿਉ ਹੋਣ? ਫਿਰ ਉਹਨਾਂ ਨੂੰ ਦੁੱਖ ਕਿਉ ਭੋਗਣਾ ਪਵੇ? ਹੁਣ ਸਾਧ ਸੰਗਤ ਧਿਆਨ ਦੇਣਾ ਰੱਬ ਕਿੱਦਾਂ ਮਿਲਦਾ ਹੈ? ਪਰਮਾਤਮਾ ਕਿੱਦਾਂ ਮਿਲਣਾ ਹੈ ਵਾਹਿਗੁਰੂ ਦੀ ਪ੍ਰਾਪਤੀ ਕਿੱਦਾਂ ਹੋਣੀ ਹੈ ਜਦੋਂ ਅਸੀਂ ਉਦਮ ਕਰਾਂਗੇ ਇੱਕ ਤੇ ਉਦਮ ਕਰਨਾ ਹੈ ਤੇ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਇੱਕ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਇਹ ਦੋ ਕੰਮ ਸਾਨੂੰ ਕਰਨੇ ਪੈਣਗੇ ਜੇ ਅਸੀਂ ਇਹ ਦੋ ਕੰਮ ਕਰਾਂਗੇ ਤੇ ਫਿਰ ਸਾਡੇ ਤੇ ਪਰਮਾਤਮਾ ਦੀ ਕਿਰਪਾ ਜ਼ਰੂਰ ਹੋਵੇਗੀ ਸਾਡੇ ਤੇ ਪਰਮਾਤਮਾ ਦੀ ਬਖਸ਼ਿਸ਼ ਪਰਮਾਤਮਾ ਦੀ ਨਦਰ ਜ਼ਰੂਰ ਹੋਵੇਗੀ ਸਾਧ ਸੰਗਤ ਕਈ ਵਾਰੀ ਨਾ ਸਾਡੇ ਵਰਗੇ ਪ੍ਰਚਾਰਕ ਕਹਿੰਦੇ ਨੇ ਭਾਈ ਗੁਰਦੁਆਰਾ ਸਾਹਿਬ ਜਾਇਆ ਕਰੋ ਕਹਿੰਦੇ ਜਦੋਂ ਪਰਮਾਤਮਾ ਦੀ ਕਿਰਪਾ ਹੋਵੇਗੀ ਉਦੋਂ ਜਾਵਾਂਗੇ ਭਾਈ ਅਮਰਤ ਸ਼ਕੋ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋਵੇਗੀ ਉਦੋਂ ਸ਼ੱਕ ਲਵਾਂਗੇ ਭਾਈ ਬਾਣੀ ਪੜਿਆ ਕਰੋ ਜਦੋਂ ਪਰਮਾਤਮਾ ਦੀ ਕਿਰਪਾ ਹੋਵੇਗੀ ਉਦੋਂ ਬਾਣੀ ਪੜਾਂਗੇ ਸਾਧ ਸੰਗਤ ਜੇ ਅਸੀਂ ਉਦਮ ਕਰਾਂਗੇ ਤੇ ਪਰਮਾਤਮਾ ਦੀ ਕਿਰਪਾ ਜ਼ਰੂਰ ਹੋਵੇਗੀ ਵਾਹਿਗੁਰੂ ਦੀ ਕਿਰਪਾ ਜ਼ਰੂਰ ਹੋਵੇਗੀ ਜੇ ਅਸੀਂ ਉਦਮ ਹੀ ਨਾ ਕਰਾਂਗੇ ਤੇ ਫਿਰ ਪਰਮਾਤਮਾ ਦੀ ਕਿਰਪਾ ਕਿੱਦਾਂ ਹੋਵੇ? ਫਿਰ ਵਾਹਿਗੁਰੂ ਦੀ ਕਿਰਪਾ ਕਿੱਦਾਂ ਹੋਵੇਗੀ? ਇਸ ਕਰਕੇ ਸਾਧ ਸੰਗਤ ਜੇ ਰੱਬ ਨੂੰ ਪਾਉਣਾ ਹੈ, ਜੇ ਪਰਮਾਤਮਾ ਨੂੰ ਪਾਉਣਾ ਹੈ, ਜੇ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੈ ਤੇ ਸਭ ਤੋਂ ਪਹਿਲੇ ਨੰਬਰ ਤੇ ਉਦਮ ਕਰਨਾ ਪਵੇਗਾ ਤੇ ਫਿਰ ਗੁਰੂ ਅੱਗੇ ਅਰਦਾਸ ਕਰਨੀ ਪਵੇਗੀ। ਜੇ ਉਦਮ ਕਰਾਂਗੇ ਭਾਵਨਾ ਦੇ ਨਾਲ ਗੁਰੂ ਦੇ ਦਰ ਤੇ ਆ ਕੇ ਅਰਦਾਸ ਕਰਾਂਗੇ ਤੇ ਸੱਚ ਜਾਣਿਓ ਫਿਰ ਗੁਰੂ ਦੀ ਕਿਰਪਾ ਜਰੂਰ ਹੋਵੇਗੀ। ਫਿਰ ਪ੍ਰਮਾਤਮਾ ਦੀ ਕਿਰਪਾ ਜ਼ਰੂਰ ਹੋਵੇਗੀ ਹੁਣ ਧਿਆਨ ਦੇਣਾ ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਆ ਮਹਾਰਾਜ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਬਚਨ ਆਉਂਦੇ ਨੇ ਪਾਤਸ਼ਾਹ ਕਹਿੰਦੇ ਉਦਮ ਕਰਿੰਦੇ ਆ ਜੀਓ ਤੂੰ ਮਹਾਰਾਜ ਕਹਿੰਦੇ ਉਦਮ ਕਰ ਤੇਰੇ ਜੀਵਨ ਵਿੱਚ ਉਦਮ ਚਾਹੀਦਾ ਤੇਰੀ ਜ਼ਿੰਦਗੀ ਵਿੱਚ ਉਦਮ ਚਾਹੀਦਾ ਉਦਮ ਕਰਿੰਦੇ ਆ ਜੀਓ ਤੂੰ ਕਮਾਮ ਦੇ ਆ ਸੁਖ ਭੁੰਚ ਧਿਆਨ ਦੇ ਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਮਹਾਰਾਜ ਕਹਿੰਦੇ ਜੇ ਉਦਮ ਕਰੇਗਾ ਅਰਦਾਸ ਕਰੇਗਾ ਪਰਮਾਤਮਾ ਦਾ ਨਾਮ ਜਪੇਗਾ ਤੇ ਇੱਕ ਗੱਲ ਚੇਤੇ ਰੱਖੀ ਤੇਰੇ ਤੇ ਪਰਮਾਤਮਾ ਦੀ ਕਿਰਪਾ ਜ਼ਰੂਰ ਹੋਵੇਗੀ ਤੇਰੇ ਤੇ ਵਾਹਿਗੁਰੂ ਦੀ ਕਿਰਪਾ ਜ਼ਰੂਰ ਹੋਵੇਗੀ ਆਪਾਂ ਪਾਵਨ ਬਾਣੀ ਪੜਦੇ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ ਅਸੀਂ ਆਪਣੇ ਕਰਮਾ ਕਰਕੇ ਰੱਬ ਤੋਂ ਵਿਛੜੇ ਆ ਕਰਮਾ ਕਰਕੇ ਪਰਮਾਤਮਾ ਤੋਂ ਵਿਛੜੇ ਆ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ ਸਾਨੂੰ ਉਸ ਰੱਬ ਦੀ ਪ੍ਰਾਪਤੀ ਦਾ ਤਰੀਕਾ ਦੱਸਿਆ ਉਸ ਰੱਬ ਨੂੰ ਉਸ ਪ੍ਰਮਾਤਮਾ ਨੂੰ ਮਿਲਣ ਦੀ ਜੁਗਤ ਦੱਸੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਮਹਾਰਾਜ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ ਅਸੀਂ ਆਪਣੇ ਕਰਮਾ ਕਰਕੇ ਰੱਬ ਤੋਂ ਵਿਛੜੇ ਹੋਏ ਆਂ ਪ੍ਰਮਾਤਮਾ ਤੋਂ ਵਿਛੜੇ ਹੋਏ ਆਂ ਵਾਹਿਗੁਰੂ ਤੋਂ ਵਿਛੜੇ ਹੋਏ ਆਂ ਤੇ ਸਾਧ ਸੰਗਤ ਉਹ ਰੱਬ ਦੀ ਪ੍ਰਾਪਤੀ ਕਿੱਦਾਂ ਹੋਣੀ ਹੈ ਵਾਹਿਗੁਰੂ ਦੀ ਪ੍ਰਾਪਤੀ ਕਿੱਦਾਂ ਹੋਣੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਜਦੋਂ ਅਸੀਂ ਗੁਰੂ ਅੱਗੇ ਅਰਦਾਸ ਕਰਾਂਗੇ ਨਾ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ हे ਰੱਬ ਜੀ ਅਸੀਂ ਆਪਣੇ ਕਰਮਾ ਕਰਕੇ ਤੁਹਾਡੇ ਤੋਂ ਵਿਛੜਿਆ ਵਾਹਿਗੁਰੂ ਜੀ ਅਸੀਂ ਆਪਣੇ ਕਰਮਾ ਕਰਕੇ ਤੁਹਾਡੇ ਤੋਂ ਵਿਛੜਿਆ ਸਤਿਗੁਰੂ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਆਪਣੇ ਨਾਲ ਮੇਲ ਲਵੋ ਤੇ ਸੱਚ ਜਾਣਿਓ ਭਾਗਾਂ ਵਾਲਿਓ ਜੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਤੇ ਰੱਬ ਸਾਡੇ ਤੇ ਜਰੂਰ ਕਿਰਪਾ ਕਰੇਗਾ ਪਰਮਾਤਮਾ ਸਾਡੇ ਤੇ ਜਰੂਰ ਕਿਰਪਾ ਕਰੇਗਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆ ਕੇ ਅਰਦਾਸ ਕਰ ਤਰਲਾ ਮਾਰ ਗੁਰੂ ਦੇ ਅੱਗੇ ਜੇ ਅਰਦਾਸ ਕਰੇਗਾ ਤਰਲਾ ਮਾਰੇਗਾ ਤੇ ਫਿਰ ਉਹ ਪਰਮਾਤਮਾ ਦੀ ਕਿਰਪਾ ਜਰੂਰ ਹੋਵੇਗੀ ਫਿਰ ਉਹ ਵਾਹਿਗੁਰੂ ਦੀ ਕਿਰਪਾ ਜਰੂਰ ਹੋਵੇਗੀ ਆਪਾਂ ਗੁਰੂ ਗ੍ਰੰਥ ਸਾਹਿਬਾ ਜੀ ਦੀ ਪਾਵਨ ਬਾਣੀ ਪੜ੍ਹਦੇ ਆ ਤੇ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਹੀ ਬਚਨ ਆਉਂਦੇ ਨੇ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ਼ ਮਨ ਚਾਓ ਕਣਾ ਇਹ ਮਨ ਠਹਿਰਾਵੇ ਕਹਿੰਦੇ ਜੇ ਗੁਰੂ ਅੱਗੇ ਬੇਨਤੀ ਕਰਾਂਗੇ ਗੁਰੂ ਅਰਦਾਸ ਜ਼ਰੂਰ ਸੁਣੇਗਾ ਤੇ ਜਦੋਂ ਗੁਰੂ ਨੇ ਅਰਦਾਸ ਸੁਣ ਲਈ ਪ੍ਰਮਾਤਮਾ ਨੇ ਅਰਦਾਸ ਸੁਣ ਲਈ ਤੇ ਇਹ ਜਿਹੜਾ ਸਾਡਾ ਮਨ ਭਟਕਦਾ ਪਿਆ ਹੈ ਇਹ ਮਨ ਸਾਡਾ ਟਿਕ ਜਾਵੇਗਾ ਭਾਵ ਸਾਡੇ ਤੇ ਰੱਬ ਦੀ ਕਿਰਪਾ ਹੋ ਜਾਵੇਗੀ ਪਰਮਾਤਮਾ ਦੀ ਕਿਰਪਾ ਹੋ ਜਾਵੇਗੀ ਜੇ ਆਪਾਂ ਭਗਤ ਨਾਮਦੇਵ ਜੀ ਦੀ ਗੱਲ ਕਰੀਏ ਤੇ ਭਗਤ ਨਾਮਦੇਵ ਜੀ ਨੇ ਵੀ ਉਸ ਰੱਬ ਅੱਗੇ ਅਰਦਾਸ ਕੀਤੀ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ हे ਰੱਬ ਜੀ हे ਪਰਮਾਤਮਾ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਆਪਣੇ ਨਾਲ ਜੋੜ ਲਓ ਮੈਨੂੰ ਆਪਣੇ ਨਾਲ ਜੋੜ ਲਓ ਮੇਰੇ ਤੇ ਕਿਰਪਾ ਕਰੋ ਹੁਣ ਸਾਧ ਸੰਗਤ ਕਹਿਣ ਤੋਂ ਭਾਵ ਜੇ ਰੱਬ ਅੱਗੇ ਅਰਦਾਸ ਕਰਾਂਗੇ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਤੇ ਫਿਰ ਰੱਬ ਦੀ ਕਿਰਪਾ ਜ਼ਰੂਰ ਹੋਵੇਗੀ ਪ੍ਰਮਾਤਮਾ ਦੀ ਕਿਰਪਾ ਜ਼ਰੂਰ ਹੋਵੇਗੀ ਆਪਾਂ ਪਾਵਨ ਬਾਣੀ ਪੜਦੇ ਮਹਾਰਾਜ ਕਹਿੰਦੇ ਅੱਬ ਕੀ ਬਾਰ ਬਖਸ਼ ਬੰਦੇ ਕੋ ਬਹਰਨਾ ਪਵਜਲ ਫੇਰਾ ਕਿ ਸਤਿਗੁਰੂ ਪਾਤਸ਼ਾਹ ਇਹ ਮਨੁੱਖਾ ਜਨਮ ਮਿਲਿਆ ਤੁਹਾਡੇ ਅੱਗੇ ਤਰਲਾਏ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਅਰਦਾਸ ਕਰੀਏ ਗੁਰੂ ਦੇ ਅੱਗੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਸਾਹ ਸੰਗਤ ਜੇ ਭਗਤ ਧੰਨਾ ਜੀ ਨੇ ਹੋਰ ਸਾਰਾ ਕੁਝ ਮੰਗਿਆ ਤੇ ਨਾਲ ਭਗਤ ਧੰਨਾ ਜੀ ਇਹ ਵੀ ਕਹਿੰਦੇ ਨੇ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਮ ਤੇਰਾ ਮੈਂ ਫੱਬੋ ਕਿ ਰੱਬ ਜੀ ਮੈਨੂੰ ਤੁਹਾਡਾ ਨਾਮ ਚਾਹੀਦਾ ਹੈ ਪ੍ਰਮਾਤਮਾ ਜੀ ਮੈਨੂੰ ਤੁਹਾਡਾ ਨਾਮ ਚਾਹੀਦਾ ਹੈ ਕਹਿਣ ਤੋਂ ਭਾਵ ਜੇ ਅਸੀਂ ਉਦਮ ਕਰਾਂਗੇ ਗੁਰੂ ਅੱਗੇ ਅਰਦਾਸ ਕਰਾਂਗੇ ਗੁਰੂ ਅੱਗੇ ਤਰਲਾ ਮਾਰਾਂਗੇ ਤੇ ਸੱਚ ਜਾਣੋ ਭਾਗਾ ਵਾਲਿਓ ਫਿਰ ਪ੍ਰਮਾਤਮਾ ਦੀ ਸਾਡੇ ਤੇ ਕਿਰਪਾ ਹੋਵੇਗੀ ਪ੍ਰਮਾਤਮਾ ਨਾਲ ਸਾਡੀ ਗੂੜੀ ਸਾਂਝ ਬਣ ਜਾਵੇਗੀ ਪ੍ਰਮਾਤਮਾ ਦੇ ਨਾਲ ਸਾਡੀ ਮਿੱਤਰਤਾ ਪੈ ਜਾਵੇਗੀ ਤੇ ਮਹਾਰਾਜ ਕਹਿੰਦੇ ਨੇ ਐਸੋ ਪਰਚੋ ਪਾਇਓ ਕਹਿੰਦੇ ਰੱਬ ਨਾਲ ਮੇਰੀ ਮਿੱਤਰਤਾ ਬਣ ਗਈ ਰੱਬ ਨਾਲ ਮੇਰੀ ਗੂੜੀ ਸਾਂਝ ਬਣ ਗਈ ਅੱਗੇ ਪਾਤਸ਼ਾਹ ਕਿਰਪਾ ਕਰਦੇ ਨੇ ਕਰੀ ਕਿਰਪਾ ਦਇਆਲ ਬੀਠੁਲੇ ਸਤਗੁਰ ਮੁਝੈ ਬਤਾਇਓ ਸਾ ਸੰਗਤ ਅਗਲੀ ਪੰਕਤੀ ਦੇ ਵਿੱਚ ਬੀਠੁਲੇ ਸ਼ਬਦ ਆਇਆ ਹੈ ਬੀਠੁਲੇ ਧਿਆਨ ਦੇਣਾ ਇਹ ਜਿਹੜਾ ਬੀਠੁਲੇ ਸ਼ਬਦ ਆਇਆ ਹੈ ਨਾ ਇਹ ਧੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਰੱਬ ਵਾਸਤੇ ਵਰਤੇ ਹੈ ਉਸ ਪਰਮਾਤਮਾ ਵਾਸਤੇ ਵਰਤਿਆ ਹੈ ਸਾਧ ਸੰਗਤ ਇਹ ਜਿਹੜਾ ਬੀਠੁਲੇ ਸ਼ਬਦ ਹੈ ਨਾ ਇਹ ਮਰਾਠੀ ਭਾਸ਼ਾ ਦਾ ਸ਼ਬਦ ਹੈ ਮਰਾਠੀ ਭਾਸ਼ਾ ਦਾ ਹੁਣ ਧਿਆਨ ਦੇਣਾ ਜਿਹੜੇ ਭਗਤ ਨਾਮਦੇਵ ਜੀ ਨੇ ਨਾ ਭਗਤ ਨਾਮਦੇਵ ਜੀ ਭਗਤ ਨਾਮਦੇਵ ਜੀ ਨੇ ਸਭ ਤੋਂ ਵੱਧ ਜਿਹੜਾ ਗੁਰਬਾਣੀ ਦੇ ਅੰਦਰ ਬੀਠੁਲੇ ਸ਼ਬਦ ਵਰਤਿਆ ਹੈ ਜਾਂ ਰੱਬ ਨੂੰ ਪਰਮਾਤਮਾ ਨੂੰ ਬੀਠੁਲੇ ਕਹਿ ਕੇ ਯਾਦ ਕੀਤਾ ਹੁਣ ਧਿਆਨ ਦੇਣਾ ਜਿਹੜੇ ਭਗਤ ਨਾਮਦੇਵ ਜੀ ਨੇ ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਤੇ ਇਹ ਜਿਹੜਾ ਬੀਠੁਲੇ ਸ਼ਬਦ ਹੈ ਇਹ ਰੱਬ ਵਾਸਤੇ ਵਰਤੇ ਆ ਪਰਮਾਤਮਾ ਵਾਸਤੇ ਵਰਤੇ ਆ ਸਾਧ ਸੰਗਤ ਜਦੋਂ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜਦੇ ਆ ਤੇ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਬਹੁਤ ਸਾਰੇ ਨਾਵਾਂ ਦੇ ਨਾਲ ਰੱਬ ਨੂੰ ਯਾਦ ਕੀਤਾ ਗਿਆ ਬਹੁਤ ਸਾਰੇ ਨਾਵਾਂ ਦੇ ਨਾਲ ਰੱਬ ਨੂੰ ਪਰਮਾਤਮਾ ਨੂੰ ਯਾਦ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਰੱਬ ਨੂੰ ਰਾਮ ਕਹਿ ਕੇ ਵੀ ਯਾਦ ਕੀਤਾ ਗਿਆ ਰੱਬ ਨੂੰ ਅੱਲਾਹ ਕਹਿ ਕੇ ਵੀ ਯਾਦ ਕੀਤਾ ਗਿਆ ਰੱਬ ਨੂੰ ਹਰੀ ਕਹਿ ਕੇ ਵੀ ਯਾਦ ਕੀਤਾ ਗਿਆ ਰੱਬ ਨੂੰ ਮੁਰਾਰੀ ਕਹਿ ਕੇ ਵੀ ਯਾਦ ਕੀਤਾ ਗਿਆ ਰੱਬ ਨੂੰ ਨਰਾਇਣ ਕਹਿ ਕੇ ਵੀ ਯਾਦ ਕੀਤਾ ਗਿਆ ਬਹੁਤ ਸਾਰੇ ਨਾਮਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਰੱਬ ਨੂੰ ਯਾਦ ਕੀਤਾ ਤੇ ਇਹ ਵੀ ਪਰਮਾਤਮਾ ਦਾ ਨਾਮ ਹੈ ਇਹ ਵੀ ਵਾਹਿਗੁਰੂ ਦਾ ਨਾਮ ਹੈ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਕਰੀ ਕਿਰਪਾ ਦਿਆਲ ਬੀਠੁਲੈ ਸਤਗੁਰ ਮੁਝੇ ਬਤਾਇਓ ਰਹਾਉ ਕਰੀ ਕਿਰਪਾ ਦਿਆਲ ਬੀਠੁਲੈ ਕਹਿੰਦੇ ਨੇ ਰੱਬ ਨੇ ਮੇਰੇ ਤੇ ਕਿਰਪਾ ਕੀਤੀ ਪਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ ਕਿਹੜੇ ਪਰਮਾਤਮਾ ਨੇ ਉਹ ਪਰਮਾਤਮਾ ਜਿਹੜਾ ਬੜਾ ਦਿਆਲੂ ਏ ਜਿਹੜਾ ਬੜਾ ਕਿਰਪਾਲੂ ਏ ਜਿਹੜਾ ਬੜਾ ਮਿਹਰਬਾਨ ਹੈ ਜਿਹੜਾ ਸਾਰੇ ਸੰਸਾਰ ਨੂੰ ਰਿਜਕ ਦੇ ਰੇ ਸਾਰੇ ਸੰਸਾਰ ਨੂੰ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬਾਹ ਰਾਜ ਜੀ ਦੀ ਪਾਵਨ ਬਾਣੀ ਪੜੋ ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦੇ ਨੇ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦਕਾ ਬ੍ਰਹਮਾ ਵਿਸ਼ਨ ਸਿਰੈ ਤੇ ਅਗਣ ਤਿੰਨ ਕੋ ਮੋ ਭਇਆ ਮਨ ਮਦਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹੇ ਗੁਰੂ ਤੇਰਾ ਸਭ ਸਦਕਾ ਕਹਿੰਦੇ ਰੱਬ ਬੜਾ ਦਿਆਲੂ ਏ ਰੱਬ ਬੜਾ ਕਿਰਪਾਲੂ ਏ ਰੱਬ ਬੜਾ ਮਿਹਰਬਾਨ ਹੈ ਰੱਬ ਸਾਰੇ ਸੰਸਾਰ ਨੂੰ ਰਿਜਕ ਦੇ ਰਿਹਾ ਏ ਔਰ ਮਾਫ ਕਰਨਾ ਸਾਧ ਸੰਗਤ ਹੋਣ ਨਹੀਂ ਕਹਿੰਦੇ ਜਦੋਂ ਤੋਂ ਇਹ ਸੰਸਾਰ ਬਣਿਆ ਇਹਨਾ ਉਦੋਂ ਤੋਂ ਹੀ ਰੱਬ ਜਿਹੜਾ ਏ ਪਰਮਾਤਮਾ ਜਿਹੜਾ ਏ ਇਸ ਸੰਸਾਰ ਨੂੰ ਰਿਜਕ ਦੇ ਰਿਹਾ ਇਸ ਸੰਸਾਰ ਨੂੰ ਰਿਜਕ ਦੇ ਰਿਹਾ ਸਾਧ ਸੰਗਤ ਉਹ ਪ੍ਰਮਾਤਮਾ ਕਿੰਨਾ ਦਿਆਲੂ ਹੈ ਕਿੰਨਾ ਕਿਰਪਾਲੂ ਹੈ ਕਿੰਨਾ ਮਿਹਰਬਾਨ ਹੈ ਭਗਤ ਧੰਨਾ ਜੀ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਬੜਾ ਪਿਆਰਾ ਬਚਨ ਆਉਂਦਾ ਏ ਜਿਹਦੇ ਵਿੱਚ ਭਗਤ ਧੰਨਾ ਜੀ ਨੇ ਰੱਬ ਦੀ ਦਿਆਲਤਾ ਦੀ ਗੱਲ ਕੀਤੀ ਹੈ ਕਿ ਉਹ ਜਿਹੜਾ ਰੱਬ ਹੈ ਉਹ ਜਿਹੜਾ ਪ੍ਰਮਾਤਮਾ ਹੈ ਉਹ ਕਿੰਨਾ ਦਿਆਲੂ ਹੈ ਕਿੰਨਾ ਕਿਰਪਾਲੂ ਹੈ ਕਿੰਨਾ ਮਿਹਰਬਾਨ ਹੈ ਪੜੋ ਸਾਧ ਸੰਗਤ ਬਾਣੀ ਮਹਾਰਾਜ ਦੀ ਬਾਣੀ ਚ ਭਗਤ ਧੰਨਾ ਜੀ ਦਾ ਬਚਨ ਆਉਂਦਾ ਭਗਤ ਧੰਨਾ ਜੀ ਕਹਿੰਦੇ ਨੇ ਰੇ ਚਿਤ ਚਿਤ ਸਕੀਨਾ ਦਿਆਲ ਦਮੋਦਰ ਬਿਬੇ ਨਾ ਜਾਣਸ ਕੋਈ ਜੇ ਧਾਵੇਂ ਬ੍ਰਹਮੰਡ ਖੰਡ ਕੋ ਕਰਤਾ ਕਰੇ ਸ਼ੋ ਹੋਈ ਭਗਤ ਧੰਨਾ ਜੀ ਕਹਿੰਦੇ ਐ ਮਨੁੱਖ ਉਸ ਰੱਬ ਤੋਂ ਬਿਨਾ ਹੋਰ ਕੁਝ ਨਹੀਂ ਉਸ ਪਰਮਾਤਮਾ ਤੋਂ ਬਿਨਾ ਹੋਰ ਕੁਝ ਨਹੀਂ ਇਸ ਕਰਕੇ ਕੇਵਲ ਉਸ ਰੱਬ ਦੀ ਭਗਤੀ ਕਰ ਕੇਵਲ ਉਸ ਪਰਮਾਤਮਾ ਦੀ ਭਗਤੀ ਕਰ ਅਗਲਾ ਬਚਨ ਭਗਤ ਧੰਨਾ ਜੀ ਕਰਦੇ ਨੇ ਜਨਨੀ ਕੇਰੇ ਉਧਰ ਉਦਕ ਮੇ ਪਿੰਡ ਕੀਆ ਦਸ ਦਵਾਰਾ ਦੇ ਆਹਾਰ ਅਗਣ ਮੈਂ ਰੱਖਿਆ ਐਸਾ ਖਸਮ ਹਮਾਰਾ ਹੁਣ ਧਿਆਨ ਦੇਣਾ ਜੀ ਉਹ ਰੱਬ ਕਿੰਨਾ ਦੇ ਆਲੂ ਏ ਉਹ ਰੱਬ ਕਿੰਨਾ ਕਿਰਪਾਲੂ ਏ ਰੱਬ ਕਿੰਨਾ ਮਿਹਰਬਾਨ ਹੈ ਭਗਤ ਧੰਨਾ ਜੀ ਕਹਿੰਦੇ ਨੇ ਇੱਕ ਬਾਲਕ 10 ਮਹੀਨੇ ਮਾਤਾ ਦੇ ਗਰਭ ਵਿੱਚ ਰਹਿੰਦੇ 10 ਮਹੀਨੇ ਤੇ ਮਾਤਾ ਦੇ ਗਰਭ ਦੇ ਵਿੱਚ ਉਹਦੀ ਰੱਖਿਆ ਕੌਣ ਕਰਦਾ ਏ ਉਹਦੀ ਰੱਖਿਆ ਉਹ ਪਰਮਾਤਮਾ ਕਰਦਾ ਹੈ ਉਹ ਵਾਹਿਗੁਰੂ ਕਰਦਾ ਹੈ ਵੇਖੋ ਸਾਧ ਸੰਗਤ ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਆ ਨਾ ਤੇ ਮਹਾਰਾਜ ਦੀ ਬਾਣੀ ਚ ਮਹਾਰਾਜ ਨੇ ਇਹ ਵੀ ਕਿਰਪਾ ਕੀਤੀ ਕਿ ਜਿਹੜਾ ਬਾਲਕ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਨਾ ਉਹ ਉਲਟਾ ਹੁੰਦਾ ਹੈ ਉਹਦਾ ਮੂੰਹ ਥੱਲੇ ਨੂੰ ਹੁੰਦਾ ਹੈ ਤੇ ਲੱਤਾਂ ਉਹਦੀਆਂ ਉੱਪਰ ਨੂੰ ਹੁੰਦੀਆਂ ਨੇ ਮੁਖ ਤਲੈ ਪੈਰ ਉਪਰੈ ਵਸੰਦੜੋ ਕੋਥੜੇ ਥਾਏ ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਿਓ ਜਿਸ ਦੇ ਨਾ ਕਹਿੰਦੇ 10 ਮਹੀਨੇ ਬੱਚਾ ਮਾਤਾ ਦੇ ਗਰਭ ਵਿੱਚ ਉਲਟਾ ਰਹਿੰਦਾ ਹੈ ਤੇ ਮਾਤਾ ਦੇ ਗਰਭ ਦੇ ਵਿੱਚ ਉਹਦੀ ਰੱਖਿਆ ਕਰਨ ਵਾਲਾ ਕੌਣ ਹੈ ਉਹ ਪ੍ਰਮਾਤਮਾ ਹੈ ਉਹ ਵਾਹਿਗੁਰੂ ਹੈ ਇਸ ਤੋਂ ਪਤਾ ਲੱਗਦਾ ਹੈ ਉਹ ਪ੍ਰਮਾਤਮਾ ਕਿੰਨਾ ਦਿਆਲੂ ਹੈ ਕਿੰਨਾ ਕਿਰਪਾਲੂ ਹੈ ਕਿੰਨਾ ਮਿਹਰਬਾਨ ਹੈ ਮਹਾਰਾਜ ਕਹਿੰਦੇ ਜਨਣੀ ਕੇਰੇ ਉਧਰ ਉਦਕ ਮੇ ਪਿੰਡ ਕੀਆ ਦਸ ਦਵਾਰਾ ਦੇ ਆਹਾਰ ਅਗਣ ਮੇ ਰੱਖਿਆ ਐਸਾ ਖਸਮ ਹਮਾਰਾ ਤੇ ਅਗਲਾ ਬਚਨ ਭਗਤ ਧੰਨਾ ਜੀ ਕਰਦੇ ਨੇ ਕੁੰਮੀ ਜਲ ਮਾਹੇ ਤੰਤਸ ਬਾਹਰ ਪੰਖ ਖੀਰ ਤਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਅਗਲੀ ਉਦਾਹਰਨ ਦਿੱਤੀ ਕਛੂ ਕੁੰਮੀ ਦੀ ਕਹਿੰਦੇ ਕਛੂ ਕੁੰਮੀ ਸਮੁੰਦਰ ਚੋਂ ਬਾਹਰ ਆ ਕੇ ਆਂਡੇ ਦਿੰਦੀ ਏ ਭਾਗਾ ਵਾਲਿਓ ਆਂਡੇ ਦੇ ਕੇ ਵਾਪਸ ਸਮੁੰਦਰ ਵਿੱਚ ਚਲੀ ਜਾਂਦੀ ਏ ਉਹਨਾਂ ਆਂਡਿਆਂ ਦੇ ਵਿੱਚੋਂ ਬੱਚੇ ਨਿਕਲਦੇ ਨੇ ਬੱਚੇ ਮਾਂ ਨੂੰ ਨਹੀਂ ਮਿਲਦੇ ਮਾਂ ਬੱਚਿਆਂ ਨੂੰ ਨਹੀਂ ਮਿਲਦੀ ਤੇ ਸੱਚ ਜਾਣਿਓ ਆਂਡਿਆਂ ਵਿੱਚੋਂ ਬੱਚੇ ਨਿਕਲੇ ਉਹ ਬੱਚੇ ਵੱਡੇ ਹੋਏ ਰੇੜ ਰੇੜ ਕੇ ਆਪੇ ਹੀ ਉਹ ਸਮੁੰਦਰ ਦੇ ਵਿੱਚ ਚਲੇ ਗਏ ਕਹਿੰਦੇ ਨਾ ਉਹਨਾਂ ਦੇ ਮੂੰਹ ਵਿੱਚ ਦੰਦ ਤੇ ਨਾ ਉਹਨਾਂ ਨੂੰ ਕੋਈ ਖਾਣ ਵਾਸਤੇ ਰਿਜਕ ਹੈ ਉਹਨਾਂ ਦੀ ਪਾਲਣਾ ਕੌਣ ਕਰਦਾ ਏ ਉਹ ਪਰਮਾਤਮਾ ਕਰਦਾ ਏ ਉਹ ਵਾਹਿਗੁਰੂ ਕਰਦਾ ਏ ਕੁੰਮੀ ਜਲ ਮਾਹੇ ਤੰਤਸ ਬਾਹਰ ਪੰਖ ਖੀਰ ਤਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਤੇ ਅਗਲਾ ਬਚਨ ਭਗਤ ਧੰਨਾ ਜੀ ਨੇ ਬਾ ਕਮਾਲ ਕੀਤਾ ਪਖਾਨ ਕੀਟ ਗੁਪਤ ਹੋਇ ਰਹਿਚੋ ਤਾਂਚੋ ਮਾਰਗ ਤਾਹੀ ਕਹ ਧੰਨਾ ਪੂਰਨ ਤਾਂਹੀ ਕੋ ਮਤਰੇ ਜੀ ਡਰਾਈ ਭਗਤ ਧੰਨਾ ਜੀ ਕਹਿੰਦੇ ਤੂੰ ਕਿਉਂ ਘਬਰਾਉਣਾ ਹੈ ਤੂੰ ਕਿਉਂ ਡਰਦਾ ਹੈ ਉਸ ਰੱਬ ਤੇ ਭਰੋਸਾ ਰੱਖ ਉਸ ਪਰਮਾਤਮਾ ਤੇ ਭਰੋਸਾ ਰੱਖ ਪੱਥਰ ਦੇ ਵਿੱਚ ਕੀੜਾ ਹੈ ਤੇ ਸੱਚ ਜਾਣਿਓ ਤਾਚੋ ਮਾਰਗ ਨਹੀਂ ਉਸ ਪੱਥਰ ਦੇ ਵਿੱਚ ਜਾਣ ਵਾਸਤੇ ਕੋਈ ਮਾਰਗ ਨਹੀਂ ਕੋਈ ਰਾਹ ਨਹੀਂ ਕੋਈ ਰਸਤਾ ਨਹੀਂ ਪਰ ਕਮਾਲ ਦੀ ਗੱਲ ਹੈ ਉਹ ਜਿਹੜਾ ਪੱਥਰ ਦੇ ਵਿੱਚ ਕੀੜਾ ਏ ਉਹ ਜਿਉਂਦਾ ਏ ਉਹ ਕਿਹਦੀ ਕਿਰਪਾ ਨਾਲ ਜਿਉਂਦਾ ਏ ਉਹ ਰੱਬ ਦੀ ਕਿਰਪਾ ਨਾਲ ਜਿਉਂਦਾ ਏ ਉਹ ਪਰਮਾਤਮਾ ਦੀ ਕਿਰਪਾ ਨਾਲ ਜਿਉਂਦਾ ਏ ਉਹਨੂੰ ਰਿਜਕ ਦੇਣ ਵਾਲਾ ਕੌਣ ਹੈ ਉਹ ਰੱਬ ਹੈ ਉਹ ਪਰਮਾਤਮਾ ਹੈ ਇਸੇ ਕਰਕੇ ਮਹਾਰਾਜ ਨੇ ਕਿਹਾ ਮਿਹਰਵਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਣ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰਜਣਹਾਰ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਬੜਾ ਕਿਰਪਾਲੂ ਏ ਪ੍ਰਮਾਤਮਾ ਬੜਾ ਦਿਆਲੂ ਏ ਉਹ ਪ੍ਰਮਾਤਮਾ ਬੜਾ ਮਿਹਰਬਾਨ ਹੈ ਤੇ ਪਾਤਸ਼ਾਹ ਨੇ ਕਿਰਪਾ ਕੀਤੀ ਕਰੀ ਕਿਰਪਾ ਦਿਆਲ ਬੀਠੁਲੇ ਕਹਿੰਦੇ ਨੇ ਉਸ ਪਰਮਾਤਮਾ ਨੇ ਉਸ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਦਿਆਲ ਬੀਠੋਲਿਆ ਜਿਹੜਾ ਬੜਾ ਦਿਆਲੂ ਹੈ ਬੜਾ ਮਿਹਰਬਾਨ ਹੈ ਬੜਾ ਕਿਰਪਾਲੂ ਹੈ ਸਤਗੁਰ ਮੁਝੈ ਬਤਾਇਓ ਕਹਿੰਦੇ ਉਸ ਰੱਬ ਨੇ ਮੈਨੂੰ ਗੁਰੂ ਦੇ ਨਾਲ ਜੋੜ ਦਿੱਤਾ ਉਸ ਪਰਮਾਤਮਾ ਨੇ ਮੈਨੂੰ ਗੁਰੂ ਦੇ ਨਾਲ ਜੋੜ ਦਿੱਤਾ ਧਿਆਨ ਦੇਣਾ ਸਾਧ ਸੰਗਤ ਇੱਥੇ ਮੈਂ ਥੋੜੀ ਜੀ ਬੇਨਤੀ ਕਰਾਂਗਾ ਵੇਖੋ ਜਦੋਂ ਮਨੁੱਖ ਉਦਮ ਕਰਦਾ ਹੈ ਗੁਰੂ ਅੱਗੇ ਅਰਦਾਸ ਕਰਦਾ ਏ ਤਰਲਾ ਕਰਦਾ ਏ ਕਹਿੰਦੇ ਫਿਰ ਰੱਬ ਦੀ ਕਿਰਪਾ ਹੁੰਦੀ ਏ ਪਰਮਾਤਮਾ ਦੀ ਕਿਰਪਾ ਹੁੰਦੀ ਏ ਵਾਹਿਗੁਰੂ ਦੀ ਕਿਰਪਾ ਹੁੰਦੀ ਏ ਜਦੋਂ ਰੱਬ ਦੀ ਕਿਰਪਾ ਹੁੰਦੀ ਏ ਪਰਮਾਤਮਾ ਦੀ ਕਿਰਪਾ ਹੁੰਦੀ ਏ ਪਰਮਾਤਮਾ ਸਿੱਖ ਨੂੰ ਗੁਰੂ ਨਾਲ ਜੋੜਦਾ ਏ ਤੇ ਗੁਰੂ ਫਿਰ ਸਿੱਖ ਨੂੰ ਪਰਮਾਤਮਾ ਦੀ ਸੋਝੀ ਕਰਾਉਂਦਾ ਏ ਫਿਰ ਬੇਨਤੀ ਸੁਣਿਓ ਧਿਆਨ ਨਾਲ ਜਦੋਂ ਸਿੱਖ ਉਦਮ ਕਰਦਾ ਏ ਗੁਰੂ ਅੱਗੇ ਅਰਦਾਸ ਕਰਦਾ ਏ ਨਾਮ ਜਪਦਾ ਏ ਗੁਰੂ ਘਰ ਆਉਂਦਾ ਏ ਤੇ ਕਹਿੰਦੇ ਫਿਰ ਪਰਮਾਤਮਾ ਦੀ ਨਦਰ ਹੁੰਦੀ ਹੈ ਵਾਹਿਗੁਰੂ ਦੀ ਨਦਰ ਹੁੰਦੀ ਹੈ ਪਰਮਾਤਮਾ ਫਿਰ ਉਸ ਸਿੱਖ ਨੂੰ ਗੁਰੂ ਨਾਲ ਜੋੜ ਦਿੰਦਾ ਹੈ ਤੇ ਜਦੋਂ ਸਿੱਖ ਗੁਰੂ ਨਾਲ ਜੁੜ ਜਾਂਦਾ ਹੈ ਤੇ ਫਿਰ ਗੁਰੂ ਕਿਰਪਾ ਕਰਕੇ ਗੁਰੂ ਰਹਿਮਤ ਕਰਕੇ ਗੁਰੂ ਬਖਸ਼ਿਸ਼ ਕਰਕੇ ਉਹਨੂੰ ਪਰਮਾਤਮਾ ਦੇ ਘਰ ਦੀ ਸੋਝੀ ਕਰਾ ਦਿੰਦਾ ਹੈ ਉਹਨੂੰ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ ਤੇ ਹੁਣ ਧਿਆਨ ਦੇਣਾ ਕਹਿੰਦੇ ਕਰੀ ਕਿਰਪਾ ਦਿਆਲ ਬੀਠੁਲੇ ਉਸ ਦਿਆਲੂ ਕਿਰਪਾਲੂ ਪ੍ਰਭੂ ਨੇ ਮੇਰੇ ਤੇ ਕਿਰਪਾ ਕੀਤੀ ਰਹਿਮਤ ਕੀਤੀ ਬਖਸ਼ਿਸ਼ ਕੀਤੀ ਸਤਗੁਰੂ ਮuje ਬਤਾਇਓ ਮੈਨੂੰ ਉਸ ਰੱਬ ਨੇ ਗੁਰੂ ਦੇ ਘਰ ਦਾ ਰਾਹ ਦਿਖਾ ਦਿੱਤਾ ਗੁਰੂ ਦੇ ਘਰ ਨਾਲ ਜੋੜ ਦਿੱਤਾ ਗੁਰੂ ਨਾਲ ਜੋੜ ਦਿੱਤਾ ਰਹਾਓ ਠਹਿਰਾਓ ਦੇ ਕੇ ਸਤਗੁਰੂ ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ ਜਤ ਕਤ ਦੇਖੋ ਤਤ ਤਤ ਤੁਮਹੀ ਮੋਹੇ ਇਹ ਵਿਸ਼ਿਆਸ ਹੋਏ ਆਇਓ ਪਾਗਾਂ ਵਾਲਿਓ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਗਏ ਜਦੋਂ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਸਾਡੇ ਤੇ ਰਹਿਮਤ ਕੀਤੀ ਸਾਡੇ ਤੇ ਬਖਸ਼ਿਸ਼ ਕੀਤੀ ਜਦੋਂ ਸਾਨੂੰ ਸੋਝੀ ਹੋ ਗਈ ਤੇ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਹ ਜਿਹੜਾ ਰੱਬ ਹੈ ਉਹ ਜਿਹੜਾ ਪ੍ਰਮਾਤਮਾ ਹੈ ਉਹ ਹਰ ਥਾਂ ਤੇ ਮੌਜੂਦ ਹੈ ਜਦੋਂ ਰੱਬ ਨੇ ਕਿਰਪਾ ਕਰਕੇ ਸਾਨੂੰ ਗੁਰੂ ਨਾਲ ਜੋੜ ਦਿੱਤਾ ਤੇ ਜਦੋਂ ਅਸੀਂ ਗੁਰੂ ਨਾਲ ਜੁੜ ਗਏ ਤੇ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਸਾਡੇ ਅੰਦਰ ਇਹ ਵਿਸ਼ਵਾਸ ਸਾਡੇ ਅੰਦਰ ਇਹ ਭਰੋਸਾ ਬਣਾ ਦਿੱਤਾ ਕਿ ਉਹ ਜਿਹੜਾ ਰੱਬ ਹੈ ਉਹ ਜਿਹੜਾ ਪਰਮਾਤਮਾ ਹੈ ਉਹ ਸਾਰਿਆਂ ਦੇ ਵਿੱਚ ਵਸਦਾ ਹੈ ਉਹ ਵਾਹਿਗੁਰੂ ਜਿਹੜਾ ਹੈ ਉਹ ਸਾਰਿਆਂ ਦੇ ਵਿੱਚ ਵਸਦਾ ਇਸ ਸੰਸਾਰ ਦੇ ਵਿੱਚ ਕੋਈ ਵੀ ਜਗ੍ਹਾ ਐਸੀ ਨਹੀਂ ਜਿੱਥੇ ਉਹ ਪਰਮਾਤਮਾ ਮੌਜੂਦ ਨਹੀਂ ਜਿੱਥੇ ਉਹ ਰੱਬ ਹਾਜ਼ਰ-ਨਾਜ਼ਰ ਨਹੀਂ ਸਾਧ ਸੰਗਤ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੀਏ ਇੱਕ ਦੋ ਬਚਨ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪ ਜੀ ਦੇ ਨਾਲ ਸਾਂਝੇ ਕਰਾਂਗਾ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਜਦੋਂ ਅੰਦਰ ਭਰੋਸਾ ਬਣ ਜਾਂਦਾ ਹੈ ਤੇ ਫਿਰ ਉਹ ਜਿਹੜਾ ਰੱਬ ਹੈ ਉਹ ਜਿਹੜਾ ਪ੍ਰਮਾਤਮਾ ਹੈ ਉਹ ਹਰ ਪਾਸੇ ਨਜ਼ਰ ਆਉਂਦਾ ਹੈ ਵੇਖੋ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਲੜਾਈ ਹੋਈ ਤੇ ਸਿੰਘ ਦੁਸ਼ਮਣਾਂ ਨੂੰ ਕਾਇਲ ਕਰ ਕਰਕੇ ਧਰਤੀ ਤੇ ਸੁੱਟ ਰਹੇ ਨੇ ਤੇ ਭਾਈ ਕਨਈਆ ਜੀ ਉਹਨਾਂ ਨੂੰ ਫਿਰ ਪਾਣੀ ਪਿਆ ਪਿਆ ਕੇ ਜਿਉਂਦਾ ਕਰ ਰਹੇ ਨੇ ਤੇ ਕੁਝ ਸਿੱਖ ਸ਼ਿਕਾਇਤ ਲੈ ਕੇ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਗਏ ਤੇ ਜਾ ਕੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਜੰਗ ਦੇ ਮੈਦਾਨ ਵਿੱਚ ਅਸੀਂ ਦੁਸ਼ਮਣਾਂ ਨੂੰ ਘਾਇਲ ਕਰ ਕਰਕੇ ਧਰਤੀ ਤੇ ਸੁੱਟ ਰਹੇ ਆ ਆਪਣੀ ਕਿਰਪਾਨ ਦੇ ਨਾਲ ਤੇ ਭਾਈ ਕਨਈਆ ਜੀ ਉਹਨਾਂ ਨੂੰ ਜਲ ਪਿਆ ਕੇ ਉਹਨਾਂ ਨੂੰ ਪਾਣੀ ਪਿਆ ਕੇ ਫਿਰ ਉਹਨਾਂ ਨੂੰ ਜੀਵਤ ਕਰ ਰਹੇ ਨੇ ਫਿਰ ਉਹ ਸਾਡੇ ਨਾਲ ਲੜ ਰਹੇ ਨੇ ਤੇ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇ ਸਾਰਾ ਕੁਝ ਜਾਣਦੇ ਸੀ ਬਾਗਾ ਵਾਲਿਓ ਭਾਈ ਕਨਈਆ ਜੀ ਨੂੰ ਬੁਲਾਇਆ ਗਿਆ ਤੇ ਜਦੋਂ ਸਾਰੀ ਗੱਲ ਪੁੱਛੀ ਨਾ ਭਾਈ ਕਨਈਆ ਜੀ ਨੂੰ ਸਾਰੀ ਗੱਲ ਪੁੱਛੀ ਤੇ ਭਾਈ ਕਨਈਆ ਜੀ ਪਤਾ ਕੀ ਕਹਿੰਦੇ ਕਹਿੰਦੇ ਮਹਾਰਾਜ ਮੈਂ ਕੀ ਕਰਾਂ ਮੈਂ ਜਿੱਧਰ ਵੀ ਵੇਖਦਾ ਆ ਮੈਨੂੰ ਤੁਹਾਡੇ ਹੀ ਦਰਸ਼ਨ ਹੁੰਦੇ ਨੇ ਮੈਨੂੰ ਦੁਸ਼ਮਣਾਂ ਦੇ ਵਿੱਚੋਂ ਵੀ ਸਤਿਗੁਰੂ ਪਾਤਸ਼ਾਹ ਤੁਹਾਡੇ ਹੀ ਦਰਸ਼ਨ ਹੁੰਦੇ ਮੈਨੂੰ ਹਰ ਪਾਸੇ ਮਹਾਰਾਜ ਕਲਗੀਧਰ ਪਾਤਸ਼ਾਹ ਤੁਹਾਡੇ ਹੀ ਦਰਸ਼ਨ ਹੁੰਦੇ ਨੇ ਹੁਣ ਸਾਧ ਸੰਗਤ ਜੇ ਆਪਾਂ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਦੀ ਗੱਲ ਕਰੀਏ ਉਹ ਭਾਈ ਨੰਦ ਲਾਲ ਸਿੰਘ ਜੀ ਜਿਹੜੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੜਾ ਪਿਆਰ ਕਰਦੇ ਨੇ ਕਲਗੀ ਧਰ ਨੂੰ ਬੜਾ ਪਿਆਰ ਕਰਦੇ ਨੇ ਮੈਂ ਕਹਿੰਨਾ ਜੇ ਗੁਰੂ ਨਾਲ ਪਿਆਰ ਪਾਉਣਾ ਹੈ ਤੇ ਨੰਦ ਲਾਲ ਵਰਗਾ ਪਾਈਏ ਭਾਈ ਨੰਦ ਲਾਲ ਸਿੰਘ ਵਰਗਾ ਪਿਆਰ ਪਾਈਏ ਜੇ ਗੁਰੂ ਨਾਲ ਪਿਆਰ ਪਾਉਣਾ ਹੈ ਹੁਣ ਭਾਈ ਨੰਦ ਲਾਲ ਸਿੰਘ ਜੀ ਦਾ ਕਲਗੀ ਧਰ ਦੇ ਨਾਲ ਕਿੰਨਾ ਪਿਆਰ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ ਕਿੰਨਾ ਪਿਆਰ ਹੈ ਭਾਈ ਨੰਦ ਲਾਲ ਸਿੰਘ ਨੇ ਤੇ ਇਥੋਂ ਤੱਕ ਕਹਿ ਦਿੱਤਾ ਦੀਨ ਦੁਨੀਆ ਦਰਕਮੰਦੇ ਆ ਪਰਿ ਰੁਖਸਾਰ ਮਾ ਹਰ ਦੋ ਆਲਮ ਕੀਮਤੇ ਯਕਤਾਰ ਮੁਏ ਯਾਰ ਮਾ ਇੰਨਾ ਪਿਆਰ ਹੈ ਭਾਈ ਨੰਦ ਲਾਲ ਸਿੰਘ ਦਾ ਕਲਗੀਧਰ ਪਾਤਸ਼ਾਹ ਦੇ ਨਾਲ ਭਾਈ ਨੰਦ ਲਾਲ ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਨੇ ਮਹਾਰਾਜ ਮੈਂ ਤੁਹਾਡੇ ਇੱਕ ਕੇਸ ਤੋਂ ਆਪਣਾ ਲੋਕ ਵੀ ਕੁਰਬਾਨ ਕਰ ਸਕਦਾ ਤੇ ਆਪਣਾ ਪਰਲੋਕ ਵੀ ਕੁਰਬਾਨ ਕਰ ਸਕਦਾ ਮਹਾਰਾਜ ਮੈਂ ਆਪਣੇ ਦੋਵੇਂ ਜਹਾਨ ਤੁਹਾਡੇ ਤੋਂ ਕੁਰਬਾਨ ਕਰ ਸਕਦਾ ਵੇਖੋ ਸਾਧ ਸੰਗਤ ਜੇ ਭਾਈ ਲੱਖੀ ਸ਼ਾਹ ਬਣਜਾਰੇ ਦੀ ਗੱਲ ਕਰੀਏ ਤੇ ਭਾਈ ਲੱਖੀ ਸ਼ਾਹ ਬਣਜਾਰੇ ਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਕਿੰਨਾ ਪਿਆਰ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਧੜ ਦਾ ਸੰਸਕਾਰ ਕਰਨ ਵਾਸਤੇ ਭਾਈ ਲੱਖੀ ਸ਼ਾਹ ਬਣਜਾਰੇ ਨੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਆਪਣੇ ਮਹਿਲ ਨੂੰ ਅੱਗ ਲਾ ਦਿੱਤੀ ਕਿਉਂਕਿ ਗੁਰੂ ਨਾਲ ਪਿਆਰ ਹੈ ਤੇ ਭਾਈ ਆਨੰਦ ਲਾਲ ਸਿੰਘ ਜੀ ਦੀ ਗੱਲ ਕਰੀਏ ਤੇ ਭਾਈ ਨੰਦ ਲਾਲ ਸਿੰਘ ਕਹਿੰਦੇ ਨੇ ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ ਨੂਰ ਦਰ ਹਰ ਚਸ਼ਮਾ ਗੁਰੂ ਗੋਬਿੰਦ ਸਿੰਘ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਨੇ ਐ ਦੁਨੀਆ ਦੇ ਲੋਕੋ ਜੇ ਮੈਨੂੰ ਪੁੱਛਦੇ ਹੋ ਮੈਨੂੰ ਤੇ ਹਰ ਸਰੀਰ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੂਹ ਨજર ਆਉਂਦੀ ਏ ਤੇ ਜੇ ਮੈਨੂੰ ਪੁੱਛਦੇ ਹੋ ਹਰ ਮਨੁੱਖ ਦੇ ਵਿੱਚੋਂ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੁੰਦੇ ਨੇ ਰੂ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ ਭਾਈ ਨੰਦ ਲਾਲ ਸਿੰਘ ਕਹਿੰਦੇ ਮੈਂ ਜਿੱਧਰ ਵੀ ਦੇਖਦਾ ਮੈਨੂੰ ਉਧਰ ਹੀ ਧੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਕਲਗੀ ਤਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਹੁੰਦੇ ਨੇ ਤੇ ਸਾਧ ਸੰਗਤ ਜਦੋਂ ਸਿੱਖ ਗੁਰੂ ਨਾਲ ਜੁੜਦਾ ਹੈ ਤੇ ਫਿਰ ਸਿੱਖ ਦੀ ਅਵਸਥਾ ਬਣ ਜਾਂਦੀ ਹੈ ਉਹਨੂੰ ਹਰ ਪਾਸੇ ਰੱਬ ਨਜ਼ਰ ਆਉਂਦਾ ਹੈ ਪਰਮਾਤਮਾ ਨਜ਼ਰ ਆਉਂਦਾ ਉਹਦੀ ਇਹ ਅਵਸਥਾ ਬਣ ਜਾਂਦੀ ਹੈ ਜਮੀਂ ਜਮਾ ਕੇ ਬਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਵਾਦ ਹੈ ਨਾ ਵਾਦ ਘਾਟ ਹੋਤ ਹੈ ਉਹਦੀ ਇਹ ਅਵਸਥਾ ਬਣ ਜਾਂਦੀ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਿਰ ਬਠਾਈ ਮਹਾਰਾਜ ਨੇ ਤੇ ਕਿਹਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਭਗਤ ਨਾਮਦੇਵ ਜੀ ਨੇ ਜੇ ਗੱਲ ਕੀਤੀ ਤੇ ਭਗਤ ਨਾਮਦੇਵ ਜੀ ਨੇ ਕਿਰਪਾ ਕੀਤੀ ਈਬੈ ਬੀਠਲ ਊਪੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਤਨੰਤਰ ਨਾਮਾ ਪ੍ਰਣਮੈ ਪੂਰ ਰਹਿਓ ਤੂ ਸਰਬਮਹੀ ਕਹਿੰਦੇ ਉਹ ਰੱਬ ਜਿਹੜਾ ਏ ਉਹ ਪਰਮਾਤਮਾ ਜਿਹੜਾ ਏ ਉਹ ਹਰ ਥਾਂ ਮੌਜੂਦ ਹੈ ਹੁਣ ਧਿਆਨ ਦੇਣਾ ਸਾਧ ਸੰਗਤ ਇਹ ਗੱਲ ਅਸੀਂ ਵੀ ਜਾਣਦੇ ਆ ਕਿ ਰੱਬ ਹਰ ਥਾਂ ਮੌਜੂਦ ਹੈ ਪਰਮਾਤਮਾ ਹਰ ਥਾਂ ਮੌਜੂਦ ਹੈ ਰੱਬ ਹਰ ਥਾਂ ਵਸਦਾ ਹੈ ਉਹਦਾ ਵਾਸਾ ਹਰ ਥਾਂ ਹੈ ਪਰ ਮਾਫ ਕਰਨਾ ਜੀ ਅਸੀਂ ਇਹ ਗੱਲ ਸੁਣ ਲਈ ਜਾਂ ਅਸੀਂ ਇਹ ਗੱਲ ਕਹਿ ਦਿੰਨੇ ਆ ਕਿ ਰੱਬ ਹਰ ਥਾਂ ਮੌਜੂਦ ਹੈ ਪਰਮਾਤਮਾ ਹਰ ਥਾਂ ਮੌਜੂਦ ਹੈ ਪਰ ਅਜੇ ਸਾਨੂੰ ਭਰੋਸਾ ਨਹੀਂ ਬਣਿਆ ਅਜੇ ਸਾਨੂੰ ਭਰੋਸਾ ਨਹੀਂ ਬਣਿਆ ਮਾਫ ਕਰਨਾ ਜਿੱਦਣ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਭਰੋਸਾ ਬਣ ਗਿਆ ਰੱਬ ਹਰ ਥਾਂ ਹੈ ਪਰਮਾਤਮਾ ਹਰ ਥਾਂ ਹੈ ਤੇ ਭਾਗਾਂ ਵਾਲਿਓ ਉਸ ਦਿਨ ਕੋਈ ਵੀ ਸਾਡਾ ਦੁਸ਼ਮਣ ਨਹੀਂ ਰਹਿ ਜਾਵੇਗਾ ਸਾਰੇ ਸਾਡੇ ਮਿੱਤਰ ਬਣ ਜਾਣਗੇ ਕਿਉਂਕਿ ਰੱਬ ਜਿਹੜਾ ਹੈ ਉਹ ਸਾਰਿਆਂ ਦੇ ਵਿੱਚ ਵੱਸਦਾ ਸਭਨਾ ਮਨਮਾਨਕ ਠਾਹਣ ਮੂਲ ਮਚਾਂਗਵਾ ਜੇ ਤਉ ਬਿਰਿਆਂ ਦੀ ਸਿੱਖ ਹਿਆਉ ਨਾ ਠਾਹੇ ਕਈ ਦਾ ਬਾਬਾ ਫਰੀਦ ਸਾਹਿਬ ਕਹਿੰਦੇ ਭਾਈ ਜੇ ਉਹ ਰੱਬ ਜਿਹੜਾ ਹੈ ਪਰਮਾਤਮਾ ਜਿਹੜਾ ਹੈ ਸਾਰਿਆਂ ਦੇ ਵਿੱਚ ਵੱਸਦਾ ਏ ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਕਿਸੇ ਨੂੰ ਮਾੜਾ ਨਾ ਕਹਿ ਕਿਸੇ ਦਾ ਦਿਲ ਨਾ ਦੁਖਾ ਮਾਫ ਕਰਨਾ ਜਿਦਨ ਇਸ ਗੱਲ ਤੇ ਭਰੋਸਾ ਵੱਜ ਗਿਆ ਨਾ ਕਿ ਰੱਬ ਸਾਰਿਆਂ ਵਿੱਚ ਵੱਸਦਾ ਏ ਪਰਮਾਤਮਾ ਸਾਰਿਆਂ ਵਿੱਚ ਵੱਸਦਾ ਏ ਮਾਫ ਕਰਨਾ ਜੀ ਉਹ ਦਿਨ ਗੁਰਦੁਆਰੇ ਆ ਕੇ ਤੇ ਸਿਰ ਢੱਕਾਂਗੇ ਹੀ ਢੱਕਾਂਗੇ ਪਰ ਸੱਚ ਜਾਣਿਓ ਗੁਰਦੁਆਰੇ ਤੋਂ ਬਾਹਰ ਜਿੱਥੇ ਵੀ ਹੋਵਾਂਗੇ ਉੱਥੇ ਵੀ ਸਾਡਾ ਸਿਰ ਜਿਹੜਾ ਨੰਗਾ ਨਹੀਂ ਹੋਵੇਗਾ ਸਾਡਾ ਸਿਰ ਟੱਕਿਆ ਹੋਵੇਗਾ ਕਿਉਂਕਿ ਸਾਡੇ ਅੰਦਰ ਭਰੋਸਾ ਬਣ ਗਿਆ ਕਿ ਰੱਬ ਹਰ ਥਾਂੇ ਮੌਜੂਦ ਹੈ ਪਰਮਾਤਮਾ ਹਰ ਥਾਂੇ ਮੌਜੂਦ ਹੈ ਜਿੱਦਣੇ ਭਰੋਸਾ ਬਣ ਗਿਆ ਨਾ ਕਿ ਰੱਬ ਹਰ ਥਾਂ ਮੌਜੂਦ ਹੈ ਪਰਮਾਤਮਾ ਹਰ ਥਾਂ ਮੌਜੂਦ ਹੈ ਇੱਕ ਗੱਲ ਚੇਤੇ ਰੱਖਿਓ ਅਸੀਂ ਕਿਸੇ ਇੱਕ ਜਗ੍ਹਾ ਤੇ ਸੇਵਾ ਨਹੀਂ ਕਰਾਂਗੇ ਅਸੀਂ ਹਰ ਥਾਂ ਹੀ ਸੇਵਾ ਕਰਾਂਗੇ ਕਿਉਂਕਿ ਸਾਨੂੰ ਇਹ ਪਤਾ ਲੱਗ ਗਿਆ ਰੱਬ ਹਰ ਥਾਂ ਮੌਜੂਦ ਹੈ ਪਰਮਾਤਮਾ ਹਰ ਥਾਂ ਮੌਜੂਦ ਹੈ ਜਿੱਦਣ ਇਹ ਭਰੋਸਾ ਬਣ ਗਿਆ ਰੱਬ ਹਰ ਥਾਂ ਵਸਦਾ ਹੈ ਅਸੀਂ ਕਦੀ ਵੀ ਆਪਣੇ ਮਾਤਾ ਪਿਤਾ ਨੂੰ ਮਾੜੇ ਬੋਲ ਨਹੀਂ ਬੋਲਾਂਗੇ ਕਦੀ ਵੀ ਉਹਨਾਂ ਨੂੰ ਗਲਤ ਨਹੀਂ ਬੋਲਾਂਗੇ ਕਿਉਂਕਿ ਸਾਡਾ ਭਰੋਸਾ ਬਣ ਗਿਆ ਇਹਨਾਂ ਦੇ ਵਿੱਚ ਰੱਬ ਵਸਦਾ ਹੈ ਇਹਨਾਂ ਵਿੱਚ ਪਰਮਾਤਮਾ ਵਸਦਾ ਹੈ ਤੇ ਮਹਾਰਾਜ ਕਹਿੰਦੇ ਨੇ ਜਦੋਂ ਰੱਬ ਨੇ ਗੁਰੂ ਨਾਲ ਜੋੜ ਦਿੱਤਾ ਫਿਰ ਗੁਰੂ ਨੇ ਮੇਰੇ ਤੇ ਇੱਕ ਕਿਰਪਾ ਕੀਤੀ ਜਤ ਕਤ ਦੇਖੋ ਤਤ ਤਤ ਤੁਮਹੀ ਮੋਹ ਇਹ ਵਿਸ਼ਿਆਸ ਹੋਏ ਆਇਓ ਮੇਰੇ ਅੰਦਰ ਗੁਰੂ ਨੇ ਇਹ ਭਰੋਸਾ ਬਣਾ ਦਿੱਤਾ ਇਹ ਵਿਸ਼ਵਾਸ ਬਣਾ ਦਿੱਤਾ ਕਿ ਉਹ ਰੱਬ ਜਿਹੜਾ ਹੈ ਉਹ ਪਰਮਾਤਮਾ ਜਿਹੜਾ ਹੈ ਉਹ ਹਰ ਥਾਂ ਮੌਜੂਦ ਹੈ ਉਹ ਹਰ ਥਾਂ ਵਸਦਾ ਹੈ ਜਿਹਨੂੰ ਮਹਾਰਾਜ ਨੇ ਬਾਣੀ ਚ ਕਿਹਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਉਹ ਗੁਰੂ ਉਹ ਪ੍ਰਮਾਤਮਾ ਹਰ ਵੇਲੇ ਮੇਰੇ ਅੰਗ ਸੰਗ ਹੈ ਅੱਗੇ ਮਹਾਰਾਜ ਕਿਰਪਾ ਕਰਦੇ ਨੇ ਕੈ ਪੈ ਕਰੂੰ ਅਰਦਾਸ ਬੇਨਤੀ ਜੋ ਸੁਣ ਤੋ ਹੈ ਰਗੂ ਰਾਯੋ ਸਾਧ ਸੰਗਤ ਕਹਿੰਦੇ ਜਦੋਂ ਇਹ ਭਰੋਸਾ ਬਣ ਗਿਆ ਕਿ ਪ੍ਰਮਾਤਮਾ ਹਰ ਥਾਂ ਮੌਜੂਦ ਹੈ ਉਹ ਰੱਬ ਮੇਰੇ ਅੰਗ ਸੰਗ ਹੈ ਫਿਰ ਕਹਿੰਦੇ ਵੀ ਮੈਂ ਰੱਬ ਨੂੰ ਛੱਡ ਕੇ ਕਿਉਂ ਕਿਸੇ ਹੋਰ ਅੱਗੇ ਅਰਦਾਸ ਕਰਾਂ ਮੈਂ ਰੱਬ ਨੂੰ ਛੱਡ ਕੇ ਕਿਉਂ ਕਿਸੇ ਹੋਰ ਅੱਗੇ ਜਾ ਕੇ ਤਰਲਾ ਮਾਰਾਂ ਮੈਂ ਰੱਬ ਨੂੰ ਛੱਡ ਕੇ ਕਿਉਂ ਕਿਸੇ ਹੋਰ ਅੱਗੇ ਜਾ ਕੇ ਝੋਲੀ ਅਡਾ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਕਿ ਉਹ ਰੱਬ ਜਿਹੜਾ ਹੈ ਉਹ ਪਰਮਾਤਮਾ ਜਿਹੜਾ ਹੈ ਉਹ ਸਾਰਿਆਂ ਦੀ ਅਰਦਾਸ ਸੁਣਦਾ ਹੈ ਉਹ ਵਾਹਿਗੁਰੂ ਜਿਹੜਾ ਹੈ ਉਹ ਸਾਰਿਆਂ ਦੀ ਅਰਦਾਸ ਸੁਣਦਾ ਹੈ ਸਾਧ ਸੰਗਤ ਵੇਖੋ ਜੇ ਅਸੀਂ ਭਾਵਨਾ ਦੇ ਨਾਲ ਅਰਦਾਸ ਕਰਾਂਗੇ ਨਾ ਜੇ ਸ਼ਰਧਾ ਦੇ ਨਾਲ ਅਰਦਾਸ ਕਰਾਂਗੇ ਜੇ ਭਰੋਸੇ ਦੇ ਨਾਲ ਅਰਦਾਸ ਕਰਾਂਗੇ ਤੇ ਮਾਫ ਕਰਨਾ ਜੀ ਫਿਰ ਉਹ ਰੱਬ ਉਹ ਪਰਮਾਤਮਾ ਸਾਡੀ ਅਰਦਾਸ ਜ਼ਰੂਰ ਸੁਣੇਗਾ ਕਿਸੇ ادیਬ ਨੇ ਬੜੇ ਸੋਹਣੇ ਬੋਲ ਲਿਖੇ ਨੇ ਉਹ ਕਹਿੰਦਾ ਖੁਦਾ ਕਰਤਾ ਹੈ ਮਨਜ਼ੂਰ ਅਰਦਾਸ ਜਦ ਦਿਲ ਸੇ ਹੁੰਦੀ ਹੈ لیکن مشکل تو جہی ہے جے بڑی مشکل سے ہوتی ہے۔ کہے رَب ارदास سندا اے پرماطما ارदास سندا اے برتھی کدے نہ ہو وے جن کی ارदास نانک یور گویند کا پُرن گونتاش مہاراج نے تے باانی چ کہیا جو مانگے ٹھاکور اپنے تے سوئی سوئی دیوے نانک دا اس مختے جو بولے اں اں سچ ہووے مہاراج نے تے کہیا اِچھا پُورک سربสุข داتا ہر ਜਾਂ ਕਹਿ ਬਸ ਹੈ ਕਾਮ ਤੇਨਾ ਸ਼ੋ ਐਸਾ ਹਰ ਧਿਆਇ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਉਹ ਪ੍ਰਮਾਤਮਾ ਅਰਦਾਸ ਸੁਣਦਾ ਹੈ ਵਾਹਿਗੁਰੂ ਅਰਦਾਸ ਸੁਣਦਾ ਹੈ ਤੇ ਉਹ ਦੀਪ ਕਹਿੰਦਾ ਹੈ ਪ੍ਰਮਾਤਮਾ ਅਰਦਾਸ ਸੁਣਦਾ ਹੈ ਵਾਹਿਗੁਰੂ ਅਰਦਾਸ ਸੁਣਦਾ ਜੇ ਭਾਵਨਾ ਦੇ ਨਾਲ ਕਰਾਂਗੇ ਜੇ ਸ਼ਰਧਾ ਨਾਲ ਕਰਾਂਗੇ ਜੇ ਅਰਦਾਸ ਕਰਨ ਵਾਲੇ ਤੇ ਸਾਨੂੰ ਭਰੋਸਾ ਹੈ ਫਿਰ ਸਾਡੀ ਅਰਦਾਸ ਜਿਹੜੀ ਏ ਉਹ ਜ਼ਰੂਰ ਕਬੂਲ ਹੁੰਦੀ ਏ ਤੇ ਮਾਫ ਕਰਨਾ ਸਾਧ ਸੰਗਤ ਜੇ ਅਰਦਾਸ ਕਰਨ ਤੋਂ ਪਹਿਲਾਂ ਹੀ ਅਹੀ ਡਬਲ ਮਾਈਂਡਿੰਗ ਆ ਸਾਡੇ ਮਨ ਦੇ ਵਿੱਚ ਦਚੁੱਤੀ ਹੈ ਤੇ ਸੱਚ ਜਾਣਿਓ ਫਿਰ ਕਦੀ ਵੀ ਗੁਰੂ ਦੇ ਦਰ ਦੇ ਉੱਤੇ ਅਰਦਾਸ ਜਿਹੜੀ ਏ ਉਹ ਕਬੂਲ ਨਹੀਂ ਹੁੰਦੀ ਤੇ ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਕੈਂਪੈ ਕਰੋ ਅਰਦਾਸ ਬੇਨਤੀ ਜੋ ਸੁਣ ਤੋਂ ਹੈ ਰਘੂ ਰਾਯੋ ਮੇਰੇ ਅੰਦਰ ਇਹ ਵਿਸ਼ਵਾਸ ਬਣ ਗਿਆ ਇਹ ਭਰੋਸਾ ਬਣ ਗਿਆ ਕਿ ਉਹ ਰੱਬ ਜਿਹੜਾ ਹੈ ਉਹ ਸਾਰਿਆਂ ਦੀ ਅਰਦਾਸ ਸੁਣਦਾ ਹੈ ਗੁਰੂ ਸਾਰਿਆਂ ਦੀ ਅਰਦਾਸ ਸੁਣਦਾ ਹੈ ਹੁਣ ਵੇਖੋ ਸਾਧ ਸੰਗਤ ਕਸ਼ਮੀਰੀ ਪੰਡਤ ਆਏ ਸੀ ਨਾ ਧੰਗੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਕੀ ਅਰਦਾਸ ਕੀਤੀ ਉਹਨਾਂ ਨੇ ਬ੍ਰਾਹਮਣ ਦੁਖੀ ਹੋਏ ਚੱਲ ਆਏ ਪੁਰੀ ਆਨੰਦ ਬਾਹ ਅ ਸਾਡੀ ਪਕੜੀ ਐ ਸ੍ਰੀ ਹਰ ਗੋਬਿੰਦ ਕੇ ਚੰਦ ਕਿ ਮਹਾਰਾਜ ਸਾਡਾ ਧਰਮ ਖਤਰੇ ਵਿੱਚ ਐ ਸਾਡਾ ਜਿਹੜਾ ਇਹ ਜਨੇਊ ਖਤਰੇ ਵਿੱਚ ਐ ਸਾਡਾ ਤਿਲਕ ਜੰਝੂ ਖਤਰੇ ਵਿੱਚ ਐ ਸਤਿਗੁਰੂ ਪਾਛਾ ਸਾਨੂੰ ਬਚਾ ਲਓ ਤੇ ਭਾਗਾਂ ਵਾਲਿਓ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਨਾਂ ਦੀ ਅਰਦਾਸ ਸੁਣੀ ਉਹਨਾਂ ਨੂੰ ਹੌਸਲਾ ਦਿੱਤਾ ਭਰੋਸਾ ਦਿੱਤਾ ਕਿ ਜਾਓ ਜਾ ਕੇ ਅਰੰਗਜੀਤ ਨੂੰ ਕਹਿ ਦਿਓ ਕਿ ਜੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੁਸਲਮਾਨ ਬਣਾ ਲਓ ਤੇ ਪੂਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ ਤੇ ਉੱਥੇ ਬੜੇ ਸੋਹਣੇ ਬੋਲ ਕਿਸੇ ਆਦੀਬ ਨੇ ਲਿਖੇ ਸਾਹਿਬ ਕਹਿਣ ਲੱਗੇ ਜਾਓ ਬੱਚੋ ਘਰੀ ਜਾਵੋ ਸਿਰ ਦੇ ਕੇ ਸਤ ਬਚਾਵਾਂਗਾ ਮੈਂ Hindu ਧਰਮ ਦੇ ਬੁੱਝਦੇ ਦੀਵਿਆਂ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ ਪਾਇਆ ਤੇਲ ਮੈਂ ਆਪਣੇ ਲਹੂ ਦਾ ਤਾਈੋਂ ਤਾਂ ਭਾਰਤ ਵਰਸ਼ ਦਾ ਬਾਗ ਫਲ ਰਿਹਾ ਏ ਅੱਜ ਵੀ ਹਿੰਦੂ ਧਰਮ ਦੇ ਮੰਦਰਾ ਵਿੱਚ ਦੀਵਿਆਂ ਵਿੱਚ ਤੇਲ ਗੁਰੂ ਤੇਗ ਬਹਾਦਰ ਦੇ ਲਹੂ ਦਾ ਬਲ ਰਿਹਾ ਏ ਤੇਲ ਗੁਰੂ ਤੇਗ ਬਹਾਦਰ ਦੇ ਲਹੂ ਦਾ ਬਲ ਰਿਹਾ ਕਹਿਣ ਤੋਂ ਭਾਵ ਜਦੋਂ ਗੁਰੂ ਦੀ ਕਿਰਪਾ ਹੁੰਦੀ ਏ ਫਿਰ ਸਾਡੇ ਅੰਦਰ ਇਹ ਭਰੋਸਾ ਬਣ ਜਾਂਦਾ ਏ ਕਿ ਉਹ ਪਰਮਾਤਮਾ ਸਭ ਦੀਆਂ ਹੀ ਅਰਦਾਸਾਂ ਸੁਣਦਾ ਏ ਤੇ ਜਦੋਂ ਇਹ ਭਰੋਸਾ ਬਣ ਗਿਆ ਕਿ ਉਹ ਰੱਬ ਉਹ ਪਰਮਾਤਮਾ ਅਰਦਾਸ ਸੁਣਦਾ ਏ ਤੇ ਫਿਰ ਮੈਂ ਕਿਉਂ ਕਿਸੇ ਹੋਰ ਅੱਗੇ ਅਰਦਾਸ ਕਰਾਂ ਫਿਰ ਮੈਂ ਕਿਉਂ ਕਿਸੇ ਹੋਰ ਅੱਗੇ ਜਾ ਕੇ ਝੋਲੀ ਅੱਡਾਂ ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਲਇਓ ਸਹਿਸਾ ਬੰਦਨ ਗੁਰ ਤੋਰੇ ਤਾਂ ਸਦਾ ਸਹਿਜ ਸੁਖ ਪਾਇਓ ਜਦੋਂ ਗੁਰੂ ਦੀ ਕਿਰਪਾ ਹੋਈ ਗੁਰੂ ਦੀ ਬਖਸ਼ਿਸ਼ ਹੋਈ ਲਹੇਓ ਸਹਿਸਾ ਕਹਿੰਦੇ ਸਾਰੇ ਡਰ ਮੇਰੇ ਗੁਰੂ ਨੇ ਮੇਰੇ ਅੰਦਰੋਂ ਖਤਮ ਕਰ ਦਿੱਤੇ ਸਾਧ ਸੰਗਤ ਆਪਾਂ ਪਾਵਨ ਬਾਣੀ ਪੜ੍ਹਦੇ ਆਂ ਮਹਾਰਾਜ ਦੀ ਬਾਣੀ ਦੇ ਵਿੱਚ ਬਚਨ ਆਉਂਦੇ ਨੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਸੀ ਸਾਧ ਸੰਗਤ ਉਹ ਰੱਬ ਨਿਰਭਉ ਐ ਉਹਨੂੰ ਕਿਸੇ ਦਾ ਡਰ ਨਹੀਂ ਤੇ ਮੈਂ ਬੇਨਤੀ ਕਰਾਂ ਜਿਹੜਾ ਐਸੇ ਰੱਬ ਨਾਲ ਜੁੜ ਜਾਂਦਾ ਐ ਐਸੇ ਪ੍ਰਮਾਤਮਾ ਨਾਲ ਜੁੜ ਜਾਂਦਾ ਐ ਉਹ ਵੀ ਨਿਰਭਉ ਹੋ ਜਾਂਦਾ ਹੈ ਉਹਦੇ ਵੀ ਅੰਦਰ ਦੇ ਡਰ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਆਪਾਂ ਪੜਦੇ ਆ ਨਾ ਪਾਵਨ ਬਚਨ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਗੁਰੂ ਨੂੰ ਕੋਈ ਵਿਕਾਰ ਨਹੀਂ ਗੁਰੂ ਨੂੰ ਕੋਈ ਰੋਗ ਨਹੀਂ ਗੁਰੂ ਨੂੰ ਕੋਈ ਡਰ ਨਹੀਂ ਤੇ ਜਦੋਂ ਸਿੱਖ ਐਸੇ ਗੁਰੂ ਨਾਲ ਜੁੜ ਜਾਂਦਾ ਹੈ ਫਿਰ ਗੁਰੂ ਕਿਰਪਾ ਕਰਦਾ ਹੈ ਗੁਰੂ ਬਖਸ਼ਿਸ਼ ਕਰਦਾ ਹੈ ਗੁਰੂ ਸਿੱਖ ਦੇ ਅੰਦਰ ਦੇ ਸਾਰੇ ਸਹਿਮ ਜਿਹੜੇ ਨੇ ਸਾਰੇ ਡਰ ਜਿਹੜੇ ਨੇ ਉਹ ਖਤਮ ਕਰ ਦਿੰਦਾ ਹੈ ਮਹਾਰਾਜ ਕਹਿੰਦੇ ਲਹੇਉ ਸਹਿਸਾ ਬੰਧਨ ਗੁਰ ਤੋਰੇ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਬਖਸ਼ਿਸ਼ ਕੀਤੀ ਮੇਰੇ ਅੰਦਰ ਦੇ ਸਹਿਮ ਖਤਮ ਕਰ ਦਿੱਤੇ ਮੇਰੇ ਅੰਦਰ ਦੇ ਡਰ ਖਤਮ ਕਰ ਦਿੱਤੇ ਕੱਲਾ ਡਰ ਨਹੀਂ ਬਲਕੇ ਉਹਨੇ ਮਾਇਆ ਦੇ ਬੰਧਨ ਵੀ ਤੋੜ ਦਿੱਤੇ ਸਦਾ ਸਹਿਜ ਸੁਖ ਪਾਇਓ ਤੇ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਸਦੀਵੀ ਸੁਖ ਮਿਲ ਗਿਆ आत्मिक अडोलता मिल गई मेनू आनंद दी प्राप्ति हो गई आनंद दी प्राप्ति देखो साथ संगत ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਆਂ ਤੇ ਮੈਂ ਬੇਨਤੀ ਕਰਾਂ ਅਸਲ ਆਨੰਦ ਜਿਹੜਾ ਹੈ ਨਾ ਮਨੁੱਖ ਨੂੰ ਅਸਲ ਆਨੰਦ ਉਹ ਕੇਵਲ ਤੇ ਕੇਵਲ ਗੁਰੂ ਕੋਲੋਂ ਮਿਲਦਾ ਓਦਾਂ ਅਸੀਂ ਕਹਿੰਨੇ ਆਂ ਆ ਰੱਬ ਨੇ ਕੋਠੀ ਦੇ ਦਿੱਤੀ ਜੀ ਕੋਠੀ 'ਚ ਰਹਿਨੇ ਆ ਬੜਾ ਆਨੰਦ ਹੈ ਪ੍ਰਸ਼ਾਦਾ ਛਕਿਆ ਜੀ ਬੜਾ ਆਨੰਦ ਹੈ ਆ ਮਹਿੰਗੀ ਗੱਡੀ ਤੇ ਘੁੰਮਦੇ ਆ ਜੀ ਬੜਾ ਆਨੰਦ ਆ ਪਰ ਜਿਹੜੇ ਦੁਨਿਆਵੀ ਆਨੰਦ ਨੇ ਨਾ ਉਹ ਕੁਝ ਦਿਨ ਰਹਿੰਦੇ ਨੇ ਮੁੜ ਕੇ ਫਿੱਕੇ ਪੈ ਜਾਂਦੇ ਨੇ ਪਰ ਸੱਚ ਜਾਣਿਓ ਜਿਹੜਾ ਗੁਰੂ ਕੋਲੋਂ ਆਨੰਦ ਮਿਲਦਾ ਹੈ ਭਾਗਾਂ ਵਾਲਿਓ ਉਹ ਆਨੰਦ ਸਦੀਮ ਰਹਿੰਦਾ ਇਸੇ ਕਰਕੇ ਮਹਾਰਾਜ ਨੇ ਕਿਹਾ ਆਨੰਦ ਆਨੰਦ ਸਭ ਕੋ ਕਹ ਹੈ ਆਨੰਦ ਗੁਰੂ ਤੇ ਜਾਣਿਆ ਸਾਰੇ ਆਨੰਦ ਆਨੰਦ ਕਹਿੰਦੇ ਨੇ ਪਰ ਅਸਲ ਜਿਹੜਾ ਜੀਵਨ ਦਾ ਆਨੰਦ ਹੈ ਉਹ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ ਅੱਗੇ ਮਹਾਰਾਜ ਕਿਰਪਾ ਕਰਦੇ ਨੇ ਹੋਣਾ ਸਾ ਸੋਈ ਫਨ ਹੋਸੀ ਸੁਖ ਦੁਖ ਕਹਾ ਦਿਖਾਇਓ ਵੇਖੋ ਭਾਗਾਂ ਵਾਲੇ ਜਦੋਂ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਬਖਸ਼ਿਸ਼ ਕੀਤੀ ਮੇਰੇ ਅੰਦਰ ਇਹ ਭਰੋਸਾ ਬਣ ਗਿਆ ਕਿ ਜੋ ਉਹ ਰੱਬ ਕਰਦਾ ਜੋ ਉਹ ਪਰਮਾਤਮਾ ਕਰਦਾ ਉਹੋ ਹੀ ਹੋਣਾ ਹੈ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੇਂ ਤਿਉਂ ਰੱਖੀ ਹੈ ਇਹ ਗੱਲ ਸਚਾਈ ਹੈ ਸਾਧ ਸੰਗਤ ਕਈ ਵਾਰੀ ਸਿਆਣੇ ਕਹਿੰਦੇ ਨੇ ਜੀ ਰੱਬ ਤੋਂ ਬਿਨਾ ਤੇ ਪਤਾ ਨਹੀਂ ਹਿੱਲਦਾ ਇਹ ਗੱਲ ਪੱਕੀ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸਾਰਾ ਕੁਝ ਰੱਬ ਦੇ ਭਾਣੇ ਦੇ ਵਿੱਚ ਹੈ ਸਾਰਾ ਕੁਝ ਪ੍ਰਮਾਤਮਾ ਦੇ ਭਾਣੇ ਵਿੱਚ ਹੈ ਰੱਬ ਦੇ ਹੁਕਮ ਵਿੱਚ ਹੈ ਦੁੱਖ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਤੇ ਸੁੱਖ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਇਹ ਗੱਲ ਪਤਾ ਲੱਗ ਗਈ ਕਿ ਜੋ ਰੱਬ ਨੇ ਕਰਨਾ ਹੈ ਉਹੋ ਹੀ ਹੋਣਾ ਹੈ ਜੇ ਦੁੱਖ ਹੈ ਤੇ ਰੱਬ ਦਾ ਹੁਕਮ ਹੈ ਜੇ ਸੁੱਖ ਹੈ ਰੱਬ ਦੀ ਰਜ਼ਾਏ ਤੇ ਫਿਰ ਮੈਂ ਕਿਉਂ ਡਰਾਂ ਮੈਂ ਕਿਉਂ ਘਬਰਾਵਾਂ ਮੈਂ ਕਾਦੇ ਵਾਸਤੇ ਦੁੱਖ ਸੁੱਖ ਦੀ ਪਰਵਾਹ ਕਰਾਂ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਕਿ ਸਾਰਾ ਕੁਝ ਹੀ ਉਸ ਰੱਬ ਦੇ ਉਸ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ ਅੱਗੇ ਪਾਤਸ਼ਾਹ ਕਿਰਪਾ ਕਰਦੇ ਨੇ ਖੰਡ ਬ੍ਰਹਿਮੰਡ ਕਾ ਏਕੋ ਠਾਣਾ ਗੁਰ ਪਰਦਾ ਖੋਲ ਦਿਖਾਯੋ ਭਗਵਾਲਿਓ ਜਿੰਨਾ ਚਿਰ ਮਨੁੱਖ ਦੇ ਅੰਦਰ ਹੋਂਮੇ ਹੈ ਹੰਕਾਰ ਹੈ ਉਨਾ ਚਿਰ ਮਨੁੱਖ ਮੈਂ ਮੇਰੀ ਕਰਦਾ ਹੈ ਪਰ ਜਿੱਦਣ ਹਉਮੈ ਖਤਮ ਹੋ ਗਈ ਜਿੱਦਣ ਹੰਕਾਰ ਖਤਮ ਹੋ ਗਿਆ ਉਸ ਦਿਨ ਸਾਨੂੰ ਪਤਾ ਲੱਗ ਜਾਂਦਾ ਏ ਕਿ ਖੰਡਾ ਬ੍ਰਹਿਮੰਡਾਂ ਦੇ ਵਿੱਚ ਉਹ ਰੱਬ ਵਸਦਾ ਏ ਖੰਡਾ ਬ੍ਰਹਿਮੰਡਾਂ ਦੇ ਵਿੱਚ ਉਹ ਰੱਬ ਦਾ ਠਿਕਾਣਾ ਹੈ ਹਰ ਥਾਂ ਰੱਬ ਮੌਜੂਦ ਹੈ ਹਰ ਥਾਂ ਪਰਮਾਤਮਾ ਮੌਜੂਦ ਹੈ ਖੰਡ ਬ੍ਰਹਿਮੰਡ ਕਾ ਏਕੋ ਠਾਣਾ ਠਾਣਾ ਦਾ ਅਰਥ ਠਿਕਾਣਾ ਘਰ ਕਹਿੰਦੇ ਉਹ ਰੱਬ ਜਿਹੜਾ ਏ ਉਹ ਪਰਮਾਤਮਾ ਜਿਹੜਾ ਏ ਉਹ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਵਸਦਾ ਏ ਪਰ ਕਦੋਂ ਪਤਾ ਲੱਗਦਾ ਹੈ ਗੁਰ ਪਰਦਾ ਖੋਲ ਦਿਖਾਇਓ ਜਦੋਂ ਹਉਮੈ ਖਤਮ ਹੋ ਜਾਂਦੀ ਜਦੋਂ ਹਉਮੈ ਖਤਮ ਹੋ ਜਾਂਦੀ ਏ ਫਿਰ ਇਸ ਗੱਲ ਦੀ ਸੋਝੀ ਹੋ ਜਾਂਦੀ ਏ ਕਿ ਹਰ ਥਾਂ ਰੱਬ ਹੀ ਮੌਜੂਦ ਹੈ ਕਬੀਰ ਮੇਰਾ ਮੁਜ ਮੈਂ ਕਿਸ਼ਨਹੀ ਜੋ ਕਿਸ਼ ਹੈ ਸੋ ਤੇਰਾ ਫਿਰ ਸਾਡੀ ਇਹ ਅਵਸਥਾ ਬਣ ਜਾਵੇਗੀ ਕਿ ਸਾਡਾ ਤੇ ਕੁਝ ਵੀ ਨਹੀਂ ਇੱਥੇ ਸਾਰਾ ਕੁਝ ਹੀ ਉਸ ਰੱਬ ਦਾ ਹੈ ਉਸ ਪਰਮਾਤਮਾ ਦਾ ਹੈ ਨੋਂ ਨਿਦ ਨਾਮ ਨਿਧਾਨ ਇਕਠਾਈ ਉਹ ਬਾਹਰ ਕੱਠਾ ਜਾਇਓ ਕਹਿੰਦੇ ਮੈਂ ਹੁਣ ਬਾਹਰ ਕਿਉਂ ਜਾਵਾਂ ਮੈਂ ਬਾਹਰ ਕਿਉਂ ਦੌੜਾਂ ਕਿਉਂਕਿ ਜਿਹੜਾ ਨਾਮ ਰੂਪੀ ਖਜ਼ਾਨਾ ਏ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਆਪਣੇ ਹਿਰਦੇ ਵਿੱਚੋਂ ਹੀ ਪ੍ਰਾਪਤ ਹੋ ਗਿਆ ਸਾਹ ਸੰਗਤ ਜਿਹੜਾ ਨਾਮ ਹੈ ਨਾ ਸਾਡੇ ਹਿਰਦੇ ਵਿੱਚ ਹੈ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸ਼ਰਾਮ ਪਰ ਜਿਹੜਾ ਅੰਦਰ ਨਾਮ ਹੈ ਜਿਹੜਾ ਅੰਦਰ ਰੱਬ ਟਿਕਿਆ ਹੋਇਆ ਏ ਉਹਦੀ ਸਾਨੂੰ ਸੋਝੀ ਉਦੋਂ ਹੋਣੀ ਏ ਉਹਦਾ ਪਤਾ ਉਦੋਂ ਲੱਗਣਾ ਏ ਜਦੋਂ ਅਸੀਂ ਰੱਬ ਦੀ ਭਗਤੀ ਕਰਾਂਗੇ ਪ੍ਰਮਾਤਮਾ ਦੀ ਭਗਤੀ ਕਰਾਂਗੇ ਤੇ ਜਦੋਂ ਰੱਬ ਦੀ ਭਗਤੀ ਕੀਤੀ ਪ੍ਰਮਾਤਮਾ ਦੀ ਭਗਤੀ ਕੀਤੀ ਨੌ ਨਿਦ ਨਾਮ ਨਿਧਾਨ ਇਕਠਾਈ ਤੋਂ ਬਾਹਰ ਕੈਠੇ ਜਾਇਓ ਕਹਿੰਦੇ ਰੱਬ ਨੇ ਕਿਰਪਾ ਕੀਤੀ ਪ੍ਰਮਾਤਮਾ ਨੇ ਕਿਰਪਾ ਕੀਤੀ ਅੰਦਰ ਵਸਦੇ ਨਾਮ ਰੂਪੀ ਖਜ਼ਾਨੇ ਦੀ ਸੋਝੀ ਕਰਾ ਦਿੱਤੀ ਤੇ ਹੁਣ ਮੈਂ ਬਾਹਰ ਕਿਉਂ ਭਟਕਾਂ ਮੈਂ ਬਾਹਰ ਕਿਉਂ ਜਾਵਾਂ ਉਹਾਂ ਤੌ ਜਾਈਏ ਜਾਓ ਇਹਾਂ ਨਾ ਹੋਏ ਬਾਹਰ ਤੇ ਤਾਂ ਭਟਕੀਏ ਨਾ ਜੇ ਸਾਡੇ ਗੁਰੂ ਕੋਲ ਕੁਝ ਨਹੀਂ ਪਰਮਾਫ ਕਰਨਾ ਸਾਡੇ ਗੁਰੂ ਦੇ ਕੋਲ ਸਾਰਾ ਕੁਝ ਹੈ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਨਾਮ ਬੜਾ ਕੀਮਤੀ ਖਜ਼ਾਨਾ ਹੈ ਤੇ ਨਾਮ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ ਨਾਮ ਦੀ ਪ੍ਰਾਪਤੀ ਪੂਰੇ ਗੁਰੂ ਕੋਲ ਹੁੰਦੀ ਹੈ ਅੱਗੇ ਮਹਾਰਾਜ ਕਿਰਪਾ ਕਰਦੇ ਨੇ ਇਕੈ ਕਨਿਕ ਅਨੇਕ ਭਾਂਤ ਸਾਜੀ ਬਹੁ ਪ੍ਰਕਾਰ ਰਚਾਇਓ ਅਗੇ ਮਹਾਰਾਜ ਨੇ ਸੁਨਿਆਰੇ ਦੀ ਉਦਾਹਰਨ ਦਿੱਤੀ ਵੇਖੋ ਸਾਧ ਸੰਗਤ ਜਿਹੜਾ ਸੁਨਿਆਰਾ ਹੈ ਨਾ ਉਹ ਸੋਨੇ ਤੋਂ ਬਹੁਤ ਕੁਝ ਬਣਾ ਦਿੰਦਾ ਹੈ ਚੂੜੀਆਂ ਵੀ ਬਣਾ ਦਿੰਦਾ ਹੈ ਵਾਲੀਆਂ ਵੀ ਬਣਾ ਦਿੰਦਾ ਹੈ ਛਾਪਾਂ ਵੀ ਬਣਾ ਦਿੰਦਾ ਹੈ ਸੁਨਿਆਰਾ ਸੋਨੇ ਤੋਂ ਬਹੁਤ ਕੁਝ ਬਣਾ ਦਿੰਦਾ ਹੈ ਤੇ ਜਿੱਦਾਂ ਮਹਾਰਾਜ ਕਹਿੰਦੇ ਇੱਕ ਸੁਨਿਆਰਾ ਸੋਨੇ ਤੋਂ ਬਹੁਤ ਕੁਝ ਬਣਾ ਦਿੰਦਾ ਹੈ ਇਸੇ ਤਰ੍ਹਾਂ ਉਸ ਰੱਬ ਨੇ ਉਸ ਅਕਾਲ ਪੁਰਖ ਨੇ ਇਹ ਭਾਂਤ ਭਾਂਤ ਦੀ ਦੁਨੀਆ ਸਾਜੀ ਇਹ ਭਾਂਤ ਭਾਂਤ ਦੀ ਦੁਨੀਆ ਸਾਜੀ ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਾਹੋ ਨਾਨਕ ਭਰਮ ਗੁਰ ਖੋਈ ਹੈ ਇਮ ਤਤੈ ਤਤ ਮਿਲਾਇਓ ਭਗਾਂ ਵਾਲਿਓ ਇਹ ਸ਼ਬਦ ਦੀ ਅੰਤਲੀ ਪੰਕਤੀ ਹੈ ਇਹ ਸ਼ਬਦ ਦਾ ਅੰਤਲਾ ਜੋ ਬੰਧ ਹੈ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪੰਜਵੇਂ ਨਾਨਕ ਸਾਡੇ ਤੇ ਕਿਰਪਾ ਕਰਦੇ ਨੇ ਕਾਹੋ ਨਾਨਕ ਭਰਮ ਗੁਰ ਖੋਈ ਹੈ ਇਮ ਤਤੈ ਤਤ ਮਿਲਾਇਓ ਕਹਿੰਦੇ ਜਦੋਂ ਮੇਰੇ ਤੇ ਰੱਬ ਨੇ ਕਿਰਪਾ ਕੀਤੀ ਪਰਮਾਤਮਾ ਨੇ ਕਿਰਪਾ ਕੀਤੀ ਮੇਰੇ ਅੰਦਰ ਦੇ ਸਾਰੇ ਵਹਿਮ ਅੰਦਰ ਦੇ ਸਾਰੇ ਭਰਮ ਜਿਹੜੇ ਉਹ ਖਤਮ ਹੋ ਗਏ ਤੇ ਮੈਨੂੰ ਇਸ ਗੱਲ ਦੀ ਸੋਝੀ ਹੋ ਗਈ ਕਿ ਹਰ ਤਤ ਦੇ ਵਿੱਚ ਉਹ ਰੱਬ ਹੈ ਉਹ ਪਰਮਾਤਮਾ ਹੈ ਹਰ ਥਾਂ ਉਹ ਵਾਹਿਗੁਰੂ ਜਿਹੜਾ ਹੈ ਉਹ ਮੌਜੂਦ ਹੈ ਤੇ ਸਾਧ ਸੰਗਤ ਇਹੋ ਗੱਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ हे ਭਾਈ ਬੜੇ ਪ੍ਰਕਾਰ ਦੇ ਨਾਲ ਉਹ ਰੱਬ ਉਹ ਪਰਮਾਤਮਾ ਉਹਨੇ ਇਸ ਸ੍ਰਿਸ਼ਟੀ ਬਣਾਈ ਏ ਤੇ ਇਸ ਸ੍ਰਿਸ਼ਟੀ ਨੂੰ ਬਣਾ ਕੇ ਇਸ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹ ਜਿਹੜਾ ਰੱਬ ਹੈ ਉਹ ਜਿਹੜਾ ਪਰਮਾਤਮਾ ਹੈ ਆਪ ਹੀ ਇਸ ਸ੍ਰਿਸ਼ਟੀ ਦੇ ਵਿੱਚ ਜਿਹੜਾ ਹੈ ਉਹ ਵਸਿਆ ਹੋਇਆ ਏ ਉਹ ਰੱਬ ਨੇ ਆਪਣਾ ਆਪ ਇਸ ਸ੍ਰਿਸ਼ਟੀ ਦੇ ਵਿੱਚ ਟਿਕਾਇਆ ਹੋਇਆ ਹੈ ਪਰ ਇਸ ਗੱਲ ਦੀ ਸੋਝੂ ਸੋਝੀ ਉਹਨੂੰ ਹੁੰਦੀ ਏ ਜਿਹੜਾ ਗੁਰੂ ਨਾਲ ਜੁੜਦਾ ਏ ਜਿਹੜਾ ਰੱਬ ਦੀ ਭਗਤੀ ਕਰਦਾ ਏ ਪਰਮਾਤਮਾ ਦੀ ਭਗਤੀ ਕਰਦਾ ਹੈ ਸੋ ਧੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਪੂਰੇ ਸ਼ਬਦ ਦੇ ਵਿੱਚ ਮਹਾਰਾਜ ਨੇ ਇਹੋ ਗੱਲ ਸਮਝਾਈ ਭਾਈ ਉੱਦਮ ਕਰੋ ਗੁਰੂ ਅੱਗੇ ਅਰਦਾਸ ਕਰੋ ਗੁਰੂ ਅੱਗੇ ਅਰਦਾਸ ਕਰੋਗੇ ਤੇ ਉਹ ਰੱਬ ਤੁਹਾਡੇ ਤੇ ਕਿਰਪਾ ਕਰੇਗਾ ਪਰਮਾਤਮਾ ਤੁਹਾਡੇ ਤੇ ਕਿਰਪਾ ਕਰੇਗਾ ਜਦੋਂ ਰੱਬ ਕਿਰਪਾ ਕਰੇਗਾ ਤੇ ਤੁਹਾਨੂੰ ਸੋਝੀ ਹੋ ਜਾਵੇਗੀ ਰੱਬ ਹਰ ਥਾਂ ਮੌਜੂਦ ਹੈ ਪਰਮਾਤਮਾ ਹਰ ਥਾਂ ਮੌਜੂਦ ਹੈ ਤੇ ਅਸੀਂ ਉਸ ਰੱਬ ਦੇ ਬਾਣੇ ਦੇ ਵਿੱਚ ਰੱਬ ਦੀ ਰਾਜਾ ਦੇ ਵਿੱਚ ਰਹਿਣਾ ਹੈ ਸੋ ਸਾਧ ਸੰਗਤ ਕਥਾ ਕਰਦੇ ਆ ਸ਼ਬਦ ਦੀ ਵਿਚਾਰ ਕਰਦੇ ਆ ਹੋਈਆਂ ਬੇਅੰਤ ਭੁੱਲਾਂ ਮਾਫ਼ ਕਰ ਦੇਣੀਆਂ ਧੰਨਵਾਦ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਗੁਰੂਕਾਰ ਜੀ ਦੇ ਹੈੱਡ ਗ੍ਰੰਥੀ ਗਿਆਨੀ ਹਰਨਾਮ ਸਿੰਘ ਦਾ ਸਭ ਤੋਂ ਵੱਡਾ ਧੰਨਵਾਦ ਮੇਰੇ ਦੀਨ ਦੁਨੀਆ ਦੇ ਪਾਤਸ਼ਾਹ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕਥਾ ਕਰਦਿਆਂ ਹੋਈਆਂ ਪੁੱਲਾਂ ਮਾਫ਼ ਕਰ ਦੇਣੀਆਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ